ज्ञान ध्यान किस कर्म न जाना, नाहे ना निर्मल करनी, साध संगत कै अंचल लावो, बिखम नदी जाए तरनी। ज्ञान ध्यान किस कर्म न जाना, सार न जाना तेरी, सब ते वड्डा सतगुरु नानक, जिन कल राखी मेरी। एक ओंकार सतनाम करता पुरख, निर्भौ निर्वैर अकाल मूरत, अजूनी सह भंग गुर प्रसाद, राग मलार चौपदे महला पहला, घर पहला, खाना पीना हसना सौना, विसर गया है मरना, खसम विसार खुवारी कीनी, त्रिग जीवन नहीं रहना, प्राणी एको नाम त्यावो, अपनी पत सेती घर जावो, प्राणी एको नाम त्यावो, अपनी पत सेती घर जावो, रहाओ तुदनो सेवै तुझ क्या देवै, मांगै लेवै रह नहीं, तू दाता जिया सबना का, जिया अंदर जियो तुही, गुरमुख त्यावै से अमृत पावै, सेई सूचे होई, अहनस नाम जपो रे प्राणी, मैले हछे होई, जे ही रुत काया सुख तेहा, ते हो जे ही देही, नानक रुत सुहावई साई, बिन नावै रुत के ही। जे ही रुत काया सुख तेहा, ते हो जे ही देही, नानक रुत सुहावै साई, बिन नावै रुत के ही। परम सम्मान योग गुरु प्यारी साध संग जीओ, शामा वेले दे गुरमत समागम की हाजरी आपां सारे बड़े प्यार नाल भर रहे हाँ। सब तो पहला आपां सोदर रहरास की पावन बाणी का पाठ बड़े प्यार नाल भाई साहब हुणा पासों श्रवण किया है। उस तो उपरंत बहुत प्यारियां बच्चियां ने गुरबाणी का कीर्तन सारी संगत नूं बड़े प्यार नाल टिका विच बैठ के श्रवण कराया है। जदों बच्चे साढ़े सामने इस तरह गुरबाणी का कीर्तन करते ने तो सानू अपनियां उन्हां गल्लां दा जवाब मिल जांदा है, जिहड़ी असीं अक्सर एक गल बोलते हैं भी साढ़े बच्चे साढ़े आके नहीं लगते। जिवें इन्हां वीरां ने उन्हां बच्चियां नूं जो कुछ सिखाया है तुहाडे सामने है। कई बार सारी जिंदगी मनुख की लंघ जाती है, गुरबाणी दीआं दो तुकां भी मनुख आप समझण ते विचारन लई तैयार नहीं है। पर कई बच्चे तुसीं ऐसे वेखे होणगे उन्हां नूं कई कई शब्द गुरबाणी दे मूँह जवानी कंठ हुंदे ने, स्टेज उपर
ਅਨਾਊਂਸਮੈਂਟ ਹੀ ਕਰਨੀ ਹੋਵੇ ਤਾਂ ਕਈ ਵਾਰੀ ਵੱਡੀ ਉਮਰ ਦੇ ਬੰਦੇ ਦੀਆਂ ਵੀ ਲੱਤਾਂ ਕੰਬਣ ਲੱਗ ਪੈਂਦੀਆਂ ਨੇ, ਉਹਦੇ ਲਫ਼ਜ਼ ਜਿਹੜੇ ਨੇ ਉਹ ਜ਼ੁਬਾਨ ਨਾਲ ਮਿਲਦੇ ਨਹੀਂ। ਪਰ ਜਿਹੜੇ ਬੱਚੇ ਛੋਟੇ ਇੱਦਾਂ ਉਹਨਾਂ ਦਾ ਮਨੋਬਲ ਵੱਧਦਾ ਹੈ ਜਦੋਂ ਸੰਗਤ ਵਿੱਚ ਬੈਠ ਕੇ ਬੱਚੇ ਗੁਰਬਾਣੀ ਦਾ ਕੀਰਤਨ ਕਰਦੇ ਨੇ। ਪਰ ਅਕਸਰ ਵੇਖਿਆ ਕਿ ਬੱਚਿਆਂ ਦੇ ਸਮਾਗਮਾਂ ਵਿੱਚ ਆਮ ਸੰਗਤ ਦਾ ਬਹੁਤ ਰੁਝਾਨ ਘੱਟ ਹੁੰਦਾ। ਤੁਸੀਂ ਕਦੀ ਤਜਰਬਾ ਕੀਤਾ ਹੋਏਗਾ, ਜਿਨ੍ਹਾਂ ਦੇ 'ਤੇ ਬੱਚੇ ਆਪਣੇ ਹੁੰਦੇ ਨੇ ਉਹਨਾਂ ਨੂੰ ਤਾਂ ਥੋੜ੍ਹਾ ਬਹੁਤਾ ਸ਼ੌਂਕ ਹੋਏਗਾ, ਨਹੀਂ ਤਾਂ ਕਈ ਕਾਹਲੇ ਪੈਣ ਲੱਗ ਪੈਂਦੇ ਨੇ। ਆਹ ਬੱਚੇ ਕੋਲੋਂ ਅਰਦਾਸ ਕਰਾਤੀ, ਆਹ ਬੱਚੇ ਨੇ ਮੁੱਖ ਵਾਕ ਲੈਤਾ ਨੇ, ਗਲਤ ਲੈਤਾ। ਲੁਧਿਆਣੇ ਹਰ ਸ਼ਨੀਵਾਰ ਗੁਰਮਤਿ ਗਿਆਨ ਮਿਸ਼ਨ ਕਾਲਜ ਵੱਲੋਂ ਬੱਚਿਆਂ ਦਾ ਇੱਕ ਸਮਾਗਮ ਕੀਤਾ ਜਾਂਦਾ ਹੈ, ਜਿਹਦੇ ਵਿੱਚ ਸਿਰਫ ਬੱਚੇ ਹੀ ਅਰਦਾਸ ਕਰਦੇ ਨੇ, ਬੱਚੇ ਹੀ ਮੁੱਖ ਵਾਕ ਲੈਂਦੇ ਨੇ, ਬੱਚੇ ਹੀ ਕੀਰਤਨ ਕਰਦੇ ਨੇ। ਉਹਦਾ ਵਾਧਾ ਇਹ ਹੁੰਦਾ ਹੈ ਕਿ ਬੱਚਿਆਂ ਨੂੰ ਬੋਲਣ ਲਈ ਇੱਕ ਸਟੇਜ ਚਾਹੀਦੀ, ਇੱਕ ਜਗ੍ਹਾ ਚਾਹੀਦੀ ਜਿੱਥੇ ਉਹ ਆਪਣਾ ਜੋ ਹੁਨਰ ਹੈ, ਜੋ ਉਹਨਾਂ ਨੇ ਸਿੱਖਿਆ ਹੈ, ਉਹ ਪੇਸ਼ ਕਰ ਸਕਣ। ਸਾਨੂੰ ਬਹੁਤ ਸਬਰ ਦੇ ਨਾਲ, ਧੀਰਜ ਨਾਲ ਇੱਦਾਂ ਦਾ ਕੰਮ ਲੈਣਾ ਚਾਹੀਦਾ ਕਿ ਜੇ ਸਾਡੇ ਬੱਚੇ ਇੱਦਾਂ ਗੁਰਬਾਣੀ ਦਾ ਪਾਠ ਕੀਰਤਨ ਕਰਦੇ ਨੇ, ਸਗੋਂ ਸਾਨੂੰ ਉਹਨਾਂ ਦਾ ਹੌਸਲਾ ਵਧਾਉਣਾ ਚਾਹੀਦਾ। ਤੋ ਸਾਧ ਸੰਗਤ, ਇਹ ਬੱਚਿਆਂ ਦੇ ਸਮਾਗਮਾਂ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਬੱਚੇ ਜਿਹੜੇ ਨੇ ਜਦੋਂ ਤੁਸੀਂ ਉਹਨਾਂ ਨੂੰ ਜੋ ਕੁਝ ਸਿਖਾਉਂਦੇ ਹੋ ਸਿੱਖਦੇ ਨੇ। ਬਾਸ਼ਰਤ ਹੈ ਕਿ ਅਸੀਂ ਉਹਨਾਂ ਨੂੰ ਸਿਖਾਉਣ ਦਾ ਯਤਨ ਕਰੀਏ। ਆਓ, ਸਿੱਖ ਧਰਮ ਦੇ ਬਾਨੀ ਧੰਨ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ਼ਬਦ, ਜਿਸ ਦਾ ਪਾਠ ਆਪਾਂ ਸਾਰਿਆਂ ਨੇ ਹੀ ਹੁਣੇ ਸਰਵਣ ਕੀਤਾ ਹੈ। ਰਾਗ ਮਲਾਰ ਅੰਦਰ 1254 ਅੰਕ 'ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸ਼ਬਦ ਸੁਭਾਵਮਾਨ ਹੈ। ਗੁਰਦੇਵ ਜੀ ਦੇ ਅਮੋਲਕ ਬਚਨ ਵਿਚਾਰਨ ਤੋਂ ਪਹਿਲਾਂ ਸਾਰੀ ਸੰਗਤ ਬਹੁਤ ਪਿਆਰ ਨਾਲ ਫਤਿਹ ਪ੍ਰਵਾਨ ਕਰੋ ਅਤੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋ ਸਾਧ ਸੰਗਤ, ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪਾਂ ਰਲ ਕੇ ਸਾਰਿਆਂ ਨੇ ਸ਼ਬਦ ਨੂੰ ਇੱਕ ਵਾਰ ਗਾਉਣਾ ਹੈ। ਕੋਈ ਰਸਨਾ ਇੱਦਾਂ ਦੀ ਨਾ ਰਵੇ ਜਿਹੜੀ ਬਾਣੀ ਨਾ ਪੜ੍ਹੇ। ਬੇਨਤੀ ਮੇਰੀ ਪਹਿਲਾਂ ਹੀ ਹੱਥ ਜੋੜ ਕੇ ਹੈ, ਜਿੱਥੇ ਸਮਾਗਮ ਤੁਸੀਂ ਸੁਣ ਰਹੇ ਹੋ ਉੱਥੇ ਨਾਲ ਨਾਲ ਸਿੱਖੀ ਲੈ TV 'ਤੇ ਲਾਈਵ, ਦੇਸ਼ ਵਿਦੇਸ਼ ਵਿੱਚ ਸੰਗਤਾਂ ਆਪਣੇ ਘਰਾਂ ਵਿੱਚ ਸਫ਼ਰ ਕਰਦਿਆਂ ਸਮਾਗਮ ਸੁਣ ਰਹੀਆਂ ਨੇ। ਤੋ ਬੇਨਤੀ, ਆਪਾਂ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ। ਕੋਈ ਇੱਦਾਂ ਦੀ ਰਸਨਾ ਨਾ ਰਵੇ ਜਿਹੜੀ ਬਾਣੀ ਨਾ ਪੜ੍ਹੇ। ਪਹਿਲਾਂ ਤੁਕਾਂ ਨੂੰ ਸੁਣਨਾ ਹੈ, ਫਿਰ ਉਹਨਾਂ ਤੁਕਾਂ ਨੂੰ ਬੜੇ ਪਿਆਰ ਨਾਲ ਆਪਾਂ ਓਨੀ ਕੁ ਆਵਾਜ਼ ਵਿੱਚ ਗਾਇਨ ਕਰਨਾ ਜਿੰਨੀ ਕੁ ਆਵਾਜ਼ ਵਿੱਚ ਆਪਾਂ ਗੱਲਾਂ ਕਰਦੇ ਹਾਂ। ਤੋ ਸਾਰੀ ਸੰਗਤ ਬੜੇ ਪਿਆਰ ਨਾਲ ਪੜ੍ਹੋ ਜੀ। ਏਕੋ ਨਾਮ ਧਿਆਵੋ ਪ੍ਰਾਣੀ, ਏਕੋ ਨਾਮ ਧਿਆਵੋ, 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 ਆਪਣੀ ਪਤ ਸੇਤੀ ਕਰ ਜਾਵੋ, 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 ਖਾਣਾ ਪੀਣਾ ਹੱਸਣਾ ਸੌਣਾ, ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ, ਵਿਸਰ ਗਿਆ ਹੈ ਮਰਨਾ, ਵਿਸਰ ਗਿਆ, ਵਿਸਰ ਗਿਆ ਹੈ ਮਰਨਾ, ਵਿਸਰ ਗਿਆ ਹੈ ਮਰਨਾ, ਵਿਸਰ ਗਿਆ ਹੈ ਮਰਨਾ,
ਏਕੋ ਨਾਮ ਧਿਆਵੋ ਪ੍ਰਾਣੀ, ਏਕੋ ਨਾਮ ਧਿਆਵੋ, ਏਕੋ ਨਾਮ ਆਪਣੀ ਪਤ ਸੇਤੀ ਕਰ ਜਾਵੋ, ਆਪਣੀ ਪਤ ਸੇਤੀ ਕਰ ਜਾਵੋ, ਤੁਦ ਨੂੰ ਸੇਵੈ ਤੁਝ ਕਿਆ ਦੇਵੈ, ਤੁਦ ਨੂੰ ਸੇਵੈ ਤੁਝ ਕਿਆ ਦੇਵੈ, ਮੰਗੈ ਲੈਵੈ ਰਹਿ ਨਾਹੀ, ਮੰਗੈ ਲੈਵੈ ਰਹਿ ਨਾਹੀ, ਤੂੰ ਦਾਤਾ ਜੀਆਂ ਸਭਨਾ ਕਾ, ਤੂੰ ਦਾਤਾ ਜੀਆਂ ਸਭਨਾ ਕਾ, ਜੀਆਂ ਅੰਦਰ ਜੀਓ ਤੁਸੀਂ, ਜੀਆਂ ਅੰਦਰ ਜੀਓ ਤੁਸੀਂ, ਗੁਰਮੁਖ ਧਿਆਵੈ ਸੇ ਅੰਮ੍ਰਿਤ ਪਾਵੈ, ਗੁਰਮੁਖ ਧਿਆਵੈ ਸੇ ਅੰਮ੍ਰਿਤ ਪਾਵੈ, ਸੇਈ ਸੁਚੇ ਹੋਈ, ਸੇਈ ਸੁਚੇ ਹੋਈ, ਸੇਈ ਸੁਚੇ ਐਨਸ ਨਾਮ ਜਪੋ ਰੇ ਪ੍ਰਾਣੀ, ਐਨਸ ਨਾਮ ਜਪੋ ਰੇ ਪ੍ਰਾਣੀ, ਮੈਲੇ ਹਛੇ ਹੋਈ, ਮੈਲੇ ਹਛੇ ਹੋਈ, ਮੈਲੇ ਏਕੋ ਨਾਮ ਧਿਆਵੋ ਪ੍ਰਾਣੀ, ਏਕੋ ਨਾਮ ਧਿਆਵੋ, ਏਕੋ ਨਾਮ ਧਿਆਵੋ ਪ੍ਰਾਣੀ, ਏਕੋ ਨਾਮ ਧਿਆਵੋ, ਆਪਣੀ ਪਤ ਸੇਤੀ ਕਰ ਜਾਵੋ, 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 ਜੇਹੀ ਰੁੱਤ ਕਾਇਆ ਸੁਖ ਤੇਹਾ, ਜੇਹੀ ਰੁੱਤ ਕਾਇਆ ਸੁਖ ਤੇਹਾ, ਤੇਹੋ ਜੇਹੀ ਦੇਹੀ, ਤੇਹੋ ਜੇਹੀ ਦੇਹੀ, ਤੇਹੋ ਜੇਹੀ ਨਾਨਕ ਰੁੱਤ ਸੁਹਾਵੈ ਸਾਈ, ਨਾਨਕ ਰੁੱਤ ਸੁਹਾਵੈ ਸਾਈ, ਨਾਨਕ ਰੁੱਤ ਸੁਹਾਵੈ ਸਾਈ, ਨਾਨਕ ਰੁੱਤ ਸੁਹਾਵੈ ਸਾਈ, ਬਿਨ ਨਾਵੈ ਰੁੱਤ ਕੇਹੀ, ਬਿਨ ਨਾਵੈ ਰੁੱਤ ਕੇਹੀ, ਬਿਨ ਨਾਵੈ ਰੁੱਤ, ਏਕੋ ਨਾਮ ਧਿਆਵੋ ਪ੍ਰਾਣੀ, ਏਕੋ ਨਾਮ ਧਿਆਵੋ, ਏਕੋ ਨਾਮ ਧਿਆਵੋ ਪ੍ਰਾਣੀ, ਏਕੋ ਨਾਮ ਧਿਆਵੋ, ਆਪਣੀ ਪਤ ਸੇਤੀ ਕਰ ਜਾਵੋ, 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 ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਬਦ ਦਾ ਆਪਾਂ ਸਾਰਿਆਂ ਨੇ ਰਲ ਕੇ ਗਾਇਨ ਕੀਤਾ। ਮੇਰੇ ਖਿਆਲ 'ਚ ਕੋਈ ਵੀ ਇੱਦਾਂ ਦੀ ਰਸਨਾ ਨਹੀਂ ਰਹਿ ਗਈ ਹੋਣੀ ਜਿਸ ਨੇ ਬਾਣੀ ਨਾ ਪੜ੍ਹੀ ਹੋਵੇ। ਜਦੋਂ ਆਪਾਂ ਇੱਦਾਂ ਬਾਣੀ ਗਾਉਂਦੇ ਹਾਂ, ਅੱਧਿਆਂ ਦੀ ਜ਼ੁਬਾਨ 'ਤੇ ਸ਼ਬਦ ਚੜ੍ਹ ਵੀ ਗਿਆ ਹੋਵੇਗਾ। ਵੈਸੇ ਬਾਣੀ ਕੰਠ ਕਰਨ ਦਾ ਸਭ ਤੋਂ ਸੌਖਾ ਤਰੀਕਾ ਇਹ ਹੈ, ਜਿਨ੍ਹਾਂ ਨੂੰ ਸ਼ੌਂਕ ਹੈ ਗੁਰਬਾਣੀ ਯਾਦ ਕਰਨ ਦਾ, ਵੀ ਜ਼ੁਬਾਨ ਤੁਹਾਡੀ ਬਾਣੀ ਪੜ੍ਹੇ ਅਤੇ ਕੰਨ ਤੁਹਾਡੀ ਬਾਣੀ ਸੁਣ।
ਤੁਹਾਨੂੰ ਬਾਣੀ ਯਾਦ ਹੋਏਗੀ, ਯਾਦ ਹੋਏਗੀ ਫਿਰ ਉਹਦੇ ਮੀਨਿੰਗ ਸਮਝ ਆਉਣਗੇ, ਉਹਦੇ ਅਰਥਾਂ ਦਾ ਪਤਾ ਹੋਏਗਾ, ਅਸੀਂ ਆਪਣੀ ਜ਼ਿੰਦਗੀ ਵਿੱਚ ਉਹ ਅਰਥ ਭਾਵ ਲਾਗੂ ਕਰ ਸਕਾਂਗੇ। ਅੱਜ ਸਮੱਸਿਆ ਪਤਾ ਕੀ ਹੈ, ਜਿੰਨੇ ਪਿਆਰ ਨਾਲ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਆਣ ਕੇ ਸਿਰ ਝੁਕਾਉਂਦੇ ਹਾਂ, ਪ੍ਰਕਰਮਾ ਕਰਦੇ ਹਾਂ, ਉਨੇ ਪਿਆਰ ਨਾਲ ਅੱਜ ਬਾਣੀ ਪੜ੍ਹਨ ਵਿਚਾਰ ਵਾਲੇ ਬੰਨੇ ਸਾਡਾ ਧਿਆਨ ਨਹੀਂ ਹੈ। ਜੇ ਕਿਤੇ ਉਨਾ ਧਿਆਨ ਸਾਡਾ, ਜਿੰਨੇ ਸ਼ਰਧਾ ਨਾਲ ਵੇਖੋ ਜਦੋਂ ਅਸੀਂ ਸਿਰ ਝੁਕਾਉਂਦੇ, ਕਿੱਦਾਂ ਹੱਥ ਜੋੜਦੇ ਜਦੋਂ ਗੁਰਦੁਆਰਾ ਸਾਹਿਬ ਅੰਦਰ ਪ੍ਰਵੇਸ਼ ਕਰਦੇ ਹਾਂ, ਨਾਲ ਹੀ ਸਾਡੇ ਹੱਥ ਜੁੜ ਜਾਂਦੇ ਨੇ। ਕਿੰਨੇ ਪਿਆਰ ਨਾਲ ਹੱਥ ਸਾਫ਼ ਕਰਦੇ ਹਾਂ, ਕਿੰਨੇ ਪਿਆਰ ਨਾਲ ਅਸੀਂ ਪੈਰ ਸਾਫ਼ ਕਰਦੇ ਹਾਂ, ਕਿੱਦਾਂ ਅਸੀਂ ਸ਼ਰਧਾ ਨਾਲ ਵਿਸ਼ਵਾਸ ਨਾਲ ਗੁਰਦੁਆਰਾ ਸਾਹਿਬ ਅੰਦਰ ਆਣ ਕੇ ਬੈਠਦੇ ਹਾਂ। ਜੇ ਇਹਦੇ ਵਿੱਚੋਂ ਸਾਰਾ ਨਾ ਮੰਨੀਏ ਅਤੇ ਕੁਝ ਪ੍ਰਸੈਂਟ ਜੇ ਪਿਆਰ ਬਾਣੀ ਪੜ੍ਹਨ ਅਤੇ ਵਿਚਾਰਨ 'ਤੇ ਲਾ ਦਈਏ ਤਾਂ ਗੱਲ ਕਿੱਥੋਂ ਦੀ ਕਿੱਥੇ ਪਹੁੰਚ ਜਾਏ। 30-30, 35-35, 40-40, 50-50 ਸਾਲ ਵਿਅਕਤੀ ਗੁਰਦੁਆਰੇ ਨੂੰ ਆਉਂਦਿਆਂ ਹੋ ਗਏ, ਜਿੱਦਾਂ ਦਾ ਪਹਿਲਾਂ ਸੀ ਉੱਦਾਂ ਦਾ ਹੀ ਹੁਣ ਹੈ। ਬਹੁਤ ਟਾਵੇਂ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕੋਈ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਗੁਰਬਾਣੀ ਇਨਸਾਨ ਨੂੰ ਬਦਲਣ ਵਾਸਤੇ ਹੈ ਕਿ ਆਪਣੇ ਵਿਚਾਰ ਬਦਲ, ਆਪਣੀ ਸੋਚ ਬਦਲ, ਆਪਣੇ ਖਿਆਲਾਤ ਬਦਲ। ਤੋ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਪ੍ਰਾਣੀ ਇੱਕੋ ਨਾਮ ਧਿਆਓ, ਇੱਕ ਦਾ ਨਾਮ ਧਿਆ, ਇੱਕ ਨਾਲ ਜੁੜ। ਹੁਣ ਮੰਨ ਲਓ ਇੱਥੇ ਸਟੇਜ 'ਤੇ ਮੈਂ ਕਹਿੰਦਾ ਵੀ ਰੱਬ ਇੱਕ ਹੈ, ਤੁਸੀਂ ਵੀ ਸਾਰੇ ਕਹੋ ਰੱਬ ਇੱਕ ਹੈ, ਇਹਦੇ ਨਾਲ ਰੱਬ ਨੂੰ ਕੀ ਫਰਕ ਪੈ ਜਾਏਗਾ? ਮੈਂ ਵੀ ਕਹਿੰਦਾ ਆਓ ਭਾਈ ਰੱਬ ਦਾ ਨਾਮ ਲਈਏ, ਤੁਸੀਂ ਵੀ ਰੱਬ ਦਾ ਨਾਂ ਇੱਦਾਂ ਲੈ ਦਿਓ। ਜ਼ੁਬਾਨ ਨਾਲ ਲੈਣਾ ਕਿੰਨਾ ਔਖਾ ਹੈ, ਗੱਲ ਤਾਂ ਉੱਥੇ ਆਣ ਕੇ ਖਾਣੀ ਹੈ ਜਦੋਂ ਤੁਹਾਨੂੰ ਕੰਮਾਂ ਵਿੱਚ ਇਕਸਾਰਤਾ ਲਿਆਉਣੀ ਪੈਣੀ ਹੈ। ਹੁਣ ਜਦੋਂ ਬਾਣੀ 'ਚ ਕੀ ਆਉਂਦਾ ਹੈ, ਆਖਣ ਔਖਾ, ਸਾਰੇ ਪੜ੍ਹੋ, ਆਖਣ ਕਿਹੜਾ ਨਾਮ ਹੈ ਜਿਹੜਾ ਆਖਣਾ ਔਖਾ ਹੈ? ਬੋਲੋ ਹਾਂ ਭਲਾ, ਸੁਰ 'ਤੇ ਜ਼ੋਰ ਪਾਓ ਹਾਂ ਭਲਾ। ਇੱਦਾਂ ਆਪਾਂ ਇੱਥੇ ਗੁਰਦੁਆਰੇ ਕਹਿੰਦੇ ਹਾਂ ਵਾਹਿਗੁਰੂ, ਤੁਸੀਂ ਵੀ ਸਾਰੇ ਵਾਹਿਗੁਰੂ ਕਹੋਗੇ, ਕੋਈ ਅੱਧਾ ਘੰਟਾ ਵੀ ਕਹਿ ਸਕਦਾ। ਪਰ ਜੇ ਉਹ ਬੰਦਾ ਉਹਨੂੰ ਕਹੋ ਵੀ ਇਹ ਵਾਹਿਗੁਰੂ ਦਫ਼ਤਰ 'ਚ ਵੀ ਲੈ ਕੇ ਜਾਣਾ, ਹੁਣ ਤੂੰ ਜਦੋਂ ਤੂੰ ਦਫ਼ਤਰ ਦੀ ਜਾ ਕੇ ਆਫਿਸ ਵਿੱਚ ਕੁਰਸੀ 'ਤੇ ਬਹਿਣਾ ਹੈ ਨਾ, ਤੇਰੇ ਕੋਲ ਕਿਸੇ ਬੰਦੇ ਨੇ ਆਪਣਾ ਕੰਮ ਕਰਾਉਣ ਵਾਸਤੇ ਆਉਣਾ ਅਤੇ ਕੰਮ ਜਾਇਜ਼ ਹੈ, ਇਹ ਵਾਹਿਗੁਰੂ ਉੱਥੇ ਵੀ ਲੈ ਕੇ ਆਈ ਅਤੇ ਵਾਹਿਗੁਰੂ ਵਿੱਚ ਹੋਵੇ, ਤੇਰੇ ਰੱਬ ਤੇਰੇ ਵਿੱਚ ਹੋਵੇ ਅਤੇ ਉਹਦਾ ਕੰਮ ਬਿਨਾਂ ਰਿਸ਼ਵਤ ਤੋਂ ਕਰੀ ਅਤੇ ਕੀ ਆਉਂਦਾ? ਕਹਿੰਦਾ ਇਹ ਨਾਮ ਜਪਣਾ ਥੋੜ੍ਹਾ ਜਿਹਾ ਉੱਚੀ ਬੋਲੋ ਜੀ ਹੁਣ ਔਖਾ ਹੈ। ਇੱਦਾਂ ਕਹਿਣਾ ਸੌਖਾ ਹੈ ਨਾ? ਬੋਲੋ ਪਿਆਰੇ, ਉਹ ਇੱਦਾਂ ਸੌਖਾ ਹੈ ਨਾ? ਹਿੰਦੂ ਨੂੰ ਕਹੋ ਉਹ ਕਹੇਗਾ ਰਾਮ, ਇੱਦਾਂ ਕਹਿਣਾ ਸੌਖਾ ਹੈ। ਮੁਸਲਮਾਨ ਨੂੰ ਕਹੋ ਅੱਲਾ, ਇੱਦਾਂ ਕਹਿਣਾ? ਬੋਲੋ ਮੇਰੀ ਉਹ ਭੈਣੋ, ਇੱਦਾਂ ਕਹਿਣਾ? ਪਰ ਇਹਦਾ ਇਹ ਜਦੋਂ ਆਪਣੀ ਹੁਣ ਆਖਣ ਔਖਾ ਸਾਚਾ ਨਾਮ, ਕਿਹੜਾ ਨਾਮ ਹੈ ਜਿਹੜਾ ਆਖਣਾ ਔਖਾ ਹੈ ਭਲਾ? ਇੱਦਾਂ ਤਾਂ ਕੋਈ ਵੀ ਨਹੀਂ ਆਖਣਾ ਔਖਾ। ਲਿਆਓ ਆਪਾਂ ਸਾਰੇ, ਕਈ ਤੁਸੀਂ ਵੇਖਿਆ, ਕਈ ਤਾਂ ਇੰਨਾ ਕਹਿੰਦੇ ਨੇ ਦਾਲ ਵਾਹਿਗੁਰੂ, ਪ੍ਰਸ਼ਾਦਾ ਵਾਹਿਗੁਰੂ, ਉਹ ਤਾਂ ਬੜਾ ਹੀ ਸੌਖਾ ਹੈ। ਤੁਸੀਂ ਵੇਖੋ ਕਈ ਤਾਂ ਅੱਜ ਕੱਲ੍ਹ ਫੋਨ ਕਰਨ ਲੱਗਿਆਂ ਵੀ ਕਹਿਣਗੇ ਹਾਂਜੀ ਵਾਹਿਗੁਰੂ ਜੀ, ਫੋਨ 'ਤੇ ਵੀ ਅਗਲੇ ਇੱਦਾਂ ਇੰਝ ਲੱਗਦਾ ਵੀ ਬੜਾ ਗੁਰਮੁਖ ਪਿਆਰਾ। ਇਹ ਆਖਣਾ ਔਖਾ ਹੈਗਾ? ਬੋਲ ਕੇ ਦੱਸਿਓ ਪਿਆਰੇ, ਹੋ ਇਹ ਤਾਂ ਆਖਣਾ ਔਖਾ ਹੈ ਹੀ ਨਹੀਂ। ਆਖਣਾ ਤਾਂ ਉਦੋਂ ਔਖਾ ਆ ਜਦੋਂ ਤੁਹਾਨੂੰ ਇਹ ਰੱਬ ਆਪਣੇ ਵਿਹਾਰ 'ਚ ਲਿਆਉਣਾ ਪੈਣਾ ਹੈ। ਜਦੋਂ ਤੁਹਾਡੇ ਵਿਹਾਰ 'ਚ ਆਊਗਾ ਉਦੋਂ ਚੀਕਾਂ ਨਿਕਲਣੀਆਂ ਨੇ। ਇੱਦਾਂ ਵਾਹਿਗੁਰੂ ਆਖਣ 'ਚ ਸਮੱਸਿਆ ਹੈ ਕਿਸੇ ਨੂੰ? ਕਿਸੇ ਨੂੰ ਸਮੱਸਿਆ ਨਹੀਂ। ਪਰ ਪੁੱਤਰ ਦਾ ਆਨੰਦ ਕਾਰਜ ਕਰਨਾ ਹੈ ਉਦੋਂ ਵਾਹਿਗੁਰੂ ਆਖਣਾ ਔਖਾ ਹੋਣਾ, ਕਿਉਂਕਿ ਉਦੋਂ ਧਿਆਨ ਹੈ ਵੀ ਪੁੱਤਰ ਪੜ੍ਹਾਇਆ ਥੋੜ੍ਹਾ ਬਹੁਤ ਦਾਜ ਤਾਂ ਸਾਡਾ। ਬੋਲੋ ਭੈਣ, ਮੈਨੂੰ ਪਤਾ ਤੁਹਾਡੇ 'ਚ ਕੋਈ ਇੱਦਾਂ ਦੀ ਸ਼ਖਸੀਅਤ ਨਹੀਂ ਬੈਠੀ ਜਿਹਨੇ ਦਾਜ ਲਿਆ ਹੋਵੇ। ਇਹ ਗੱਲ ਕਹਾਂਗਾ ਤੁਸੀਂ ਬੈਠੇ ਰਹੋਗੇ, ਹਰ ਇੱਕ ਨੂੰ ਆਪਣੇ ਬਾਰੇ ਪਤਾ ਹੈ। ਪੁੱਤਰ ਪੜ੍ਹਾ ਕੇ ਅਸੀਂ ਕੀ ਕਹਿੰਦੇ ਹਾਂ ਭਲਾ? ਥੋੜ੍ਹਾ ਬਹੁਤਾ ਤਾਂ ਸਾਡਾ, ਉੱਚੀ ਬੋਲੋ ਜੀ, ਸਾਡਾ ਥੋੜ੍ਹਾ ਬਹੁਤਾ ਤਾਂ ਹੱਕ। ਹੁਣ ਦੱਸੋ ਭਲਾ ਵੀ ਵਿਹਾਰ 'ਚ ਲਿਆਉਣਾ ਔਖਾ ਹੈ ਅਤੇ ਉੱਦਾਂ ਵਾਹਿਗੁਰੂ ਕਹਿਣਾ ਸੌਖਾ ਹੈ? ਗੁਰੂ ਸਾਹਿਬ ਦੀ ਬਾਣੀ ਕਹਿੰਦੀ ਰਾਮ ਰਾਮ ਕਰਤਾ, ਸਾਰੇ ਪੜ੍ਹੋ, ਰਾਮ ਰਾਮ ਕਰਤਾ ਸਭ, ਰਾਮ ਰਾਮ ਤਾਂ ਸਾਰਾ ਜਾਗ ਹੀ ਕਰੀ ਜਾਂਦਾ, ਪਰ ਰਾਮ ਨਾ ਪਾਇਆ ਜਾਏ, ਰਾਮ ਨੂੰ ਆਪਣੇ ਜੀਵਨ 'ਚ ਨਹੀਂ ਪਾਇਆ ਕਿਸੇ ਨੇ ਜ਼ੁਬਾਨ ਤੋਂ ਕਹਿਣਾ ਸੌਖਾ। ਭਾਈ ਰੇ ਰਾਮ ਕਹੋ,
ਚਿੱਤ ਲਾਏ ਹੁਣ ਇੱਕ ਸਰਕਾਰੀ ਟੀਚਰ ਦਾ, ਇੱਕ ਸਰਕਾਰੀ ਬੈਂਕ ਵਿੱਚ ਜੋਬ ਕਰਨ ਵਾਲੇ ਦਾ, ਪੁਲਿਸ ਵਿੱਚ ਨੌਕਰੀ ਕਰਨ ਵਾਲੇ ਦਾ, ਜਿੰਨੇ ਕੋਈ ਵੀ ਬੰਦਾ ਭਾਵੇਂ ਪ੍ਰਾਈਵੇਟ ਹੀ ਨੌਕਰੀ ਕਰਦਾ ਹੋਵੇ, ਇੱਦਾਂ ਵਾਹਿਗੁਰੂ ਵਾਹਿਗੁਰੂ ਕਹਿਣਾ, ਇੱਦਾਂ ਰਾਮ ਰਾਮ ਕਹਿਣਾ, ਇੱਦਾਂ ਅੱਲਾ ਅੱਲਾ ਕਹਿਣਾ ਬਹੁਤ ਸੌਖਾ ਹੈ। ਪਰ ਜਦੋਂ ਉਸੇ ਰੱਬ ਦੀ ਵਿਚਾਰਧਾਰਾ ਆਪਣੇ ਵਿਹਾਰ 'ਚ ਲੈ ਕੇ ਆਉਣੀ ਹੈ ਤਾਂ ਉਦੋਂ ਬੋਲੋ ਸਾਧ ਸਿੰਘ ਜੀ, ਉਦੋਂ ਔਖੀ ਇਹ ਆ, ਆਖਣ ਔਖਾ ਸਾਚਾ ਨਾ, ਇੱਦਾਂ ਆਖਣਾ ਨਹੀਂ ਔਖਾ, ਨਾ ਨਾ ਨਾ। ਇੱਦਾਂ ਤਾਂ ਗੁਰਦੁਆਰਿਆਂ 'ਚ ਤੁਸੀਂ ਵੇਖੋ ਅੱਧਾ ਅੱਧਾ ਘੰਟਾ ਕਿਤੇ ਲਾਈਟਾਂ ਬੁਝਾ ਕੇ ਜਪਾਇਆ ਜਾ ਰਿਹਾ ਅਤੇ ਕਿਤੇ ਲਾਈਟਾਂ ਜਗਾ ਕੇ ਜਪਾਇਆ ਜਾ ਰਿਹਾ। ਇੱਦਾਂ ਤਾਂ ਬਹੁਤਾ ਸੌਖਾ, ਇੱਦਾਂ ਨਹੀਂ ਫਰਕ ਹੈਗਾ, ਅਤੇ ਇੱਦਾਂ ਮਾਫ਼ ਕਰਨਾ ਜਪਿਆ ਵੀ ਜਾ ਰਿਹਾ। ਗੱਲ ਵਿਹਾਰ ਦੀ, ਇੱਥੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪ੍ਰਾਣੀ ਇੱਕੋ ਨਾਮ ਧਿਆਵੋ, ਇੱਕ ਦਾ ਨਾਮ ਧਿਆ, ਇੱਕ ਦਾ ਨਾਮ ਧਿਆਉਣ ਦਾ ਅਰਥ ਕੀ ਹੈ, ਉਸ ਇੱਕ ਨੂੰ ਆਪਣੇ ਵਿਹਾਰ 'ਚ ਲੈ ਕੇ ਆ, ਯਾਨੀ ਕਿ ਅੰਦਰੋਂ ਬਾਹਰੋਂ ਇੱਕ ਹੋ ਜਾ, ਮਨ ਬਚਨ ਅਤੇ ਕਰਮ, ਮਨ ਬਚਨ ਅਤੇ ਕਰਮ ਤਿੰਨੇ ਤਰੀਕੇ ਸੂਤਰ 'ਚ ਪਰੋਏ ਹੋਣ। ਪ੍ਰਾਣੀ ਇੱਕੋ ਨਾਮ ਧਿਆਵੋ, ਵੈਸੇ ਹਰ ਬੰਦਾ ਆਪਣੇ ਅੰਦਰ ਕੋਈ ਨਾ ਕੋਈ ਨਾਮ ਧਿਆ ਕੇ ਬੈਠਾ ਹੈ। ਧਿਆਉਣ ਦਾ ਅਰਥ ਪਤਾ ਕੀ ਹੁੰਦਾ, ਜਿਹੜੀ ਚੀਜ਼ ਉਹਦੇ ਅੰਦਰ ਪੱਕੀ ਹੈ। ਨਸ਼ਾ ਕਰਨ ਵਾਲੇ ਬੰਦੇ ਨੂੰ 24 ਘੰਟੇ ਕਾਹਦੇ ਸੁਪਨੇ ਆਉਂਦੇ ਭਲਾ, ਜਿਹੜਾ ਅੱਤ ਦਾ ਨਸ਼ੇੜੀ ਬੰਦਾ ਹੈ ਉਹਨੂੰ ਕਾਹਦੇ ਸੁਪਨੇ ਆਉਂਦੇ ਜੀ ਭਲਾ? ਬੋਲੋ ਸਾਧ ਸੰਗਤ ਜੀ। ਜੂਆ ਖੇਡਣ ਵਾਲੇ ਜੁਆਰੀਏ ਬੰਦੇ ਨੂੰ ਹਰ ਵਕਤ ਕੀ ਖਿਆਲ ਆਉਂਦੇ ਰਹਿੰਦੇ ਭਲਾ? ਇਹਦਾ ਮਤਲਬ ਧਿਆ ਰਿਹਾ ਨਾ, ਉਹ ਜੂਆ ਧਿਆ ਰਿਹਾ। ਜਿਹੜਾ ਪੋਲੀਟੀਕਲ ਬੰਦਾ, ਰਾਜਨੀਤਿਕ ਬੰਦਾ ਹੈ, ਉਹਨੂੰ ਕਾਹਦਾ ਸੁਪਨਾ ਆਉਂਦਾ ਭਲਾ? ਬੋਲੋ ਜੀ, ਕੁਰਸੀ ਦਾ, ਸਤਾ ਦਾ, ਇਹਦਾ ਮਤਲਬ ਉਹ ਵੀ ਨਾਮ ਧਿਆ। ਹਰ ਬੰਦੇ ਅੰਦਰ ਕੋਈ ਨਾ ਕੋਈ ਗੱਲ ਬੈਠੀ ਹੋਈ ਹੈ, ਕਿਸੇ ਨਾ ਕਿਸੇ ਗੱਲ ਨੇ ਅੰਦਰ ਜਗ੍ਹਾ ਬਣਾਈ ਹੋਈ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਪ੍ਰਾਣੀ ਹੇ ਭਾਈ ਇੱਕੋ ਨਾਮ ਧਿਆਵੋ, ਇੱਕ ਦਾ ਨਾਮ ਧਿਆ, ਯਾਨੀ ਕਿ ਅੰਦਰੋਂ ਬਾਹਰੋਂ ਇੱਕ ਹੋ ਜਾ। ਇਹਦਾ ਫਾਇਦਾ ਕੀ ਹੋਏਗਾ ਗੁਰੂ ਨਾਨਕ ਸਾਹਿਬ ਮਹਾਰਾਜ ਮੈਨੂੰ? ਜਿਵੇਂ ਆਪਾਂ ਕੋਈ ਦਵਾਈ ਖਾਈਏ, ਕੋਈ ਮੈਡੀਸਨ ਖਾਈਏ ਅਤੇ ਡਾਕਟਰ ਨੂੰ ਪੁੱਛਦੇ ਇਹਦਾ ਲਾਭ ਕੀ ਹੋਊ, ਉਹ ਕਹਿੰਦਾ ਇਹਦੇ ਨਾਲ ਤੇਰੀ ਆਹ ਬਿਮਾਰੀ ਦੂਰ ਹੋਜੂ। ਜੇ ਅਸੀਂ ਅੰਦਰੋਂ ਬਾਹਰੋਂ ਇੱਕ ਹੋ ਜਾਵਾਂਗੇ, ਇੱਕ ਦਾ ਨਾਮ ਧਿਆਵਾਂਗੇ, ਇਹਦਾ ਲਾਭ ਕੀ ਹੋਊਗਾ ਮਹਾਰਾਜ? ਅਤੇ ਕਹਿੰਦੇ ਨੇ ਆਪਣੀ ਪੱਤ ਕਹਿੰਦੇ ਇੱਜ਼ਤ ਨੂੰ, ਆਪਣੀ ਪੱਤ ਛੇਤੀ ਘਰ ਜਾਓ, ਤੁਸੀਂ ਆਪਣੇ ਅੰਦਰ ਇੱਜ਼ਤ ਨਾਲ ਜ਼ਿੰਦਗੀ ਜੀਓਗੇ, ਤੁਹਾਡੀ ਆਪਣੀਆਂ ਨਜ਼ਰਾਂ 'ਚ ਇੱਜ਼ਤ ਹੋਏਗੀ। ਅਤੇ ਜਿਸ ਬੰਦੇ ਦੀ ਆਪਣੀਆਂ ਨਜ਼ਰਾਂ 'ਚ ਆਪਣੀ ਇੱਜ਼ਤ ਹੁੰਦੀ ਹੈ ਨਾ, ਉਹਦੀ ਸਮਾਜ ਵੀ ਇੱਜ਼ਤ ਕਰਦਾ ਹੈ। ਜਿਸ ਬੰਦੇ ਦੀ ਆਪਣੀ ਇੱਜ਼ਤ ਆਪਣੀਆਂ ਨਜ਼ਰਾਂ 'ਚ ਨਹੀਂ ਹੁੰਦੀ, ਉਹਦੀ ਦੂਜਾ ਵੀ ਕੋਈ ਇੱਜ਼ਤ ਨਹੀਂ ਕਰਦਾ। ਆਪਣੀ ਪੱਤ ਛੇਤੀ ਘਰ ਜਾਵੋ, ਕਿਹੜੇ ਘਰ? ਜਿਹੜੇ ਘਰੋਂ ਆਪਾਂ ਚੱਲ ਕੇ ਆਏ, ਉਸ ਘਰ। ਬੋਲੋ ਜੀ, ਤੁਸੀਂ ਸਾਰੇ ਆਪੋ ਆਪਣੇ ਘਰਾਂ ਤੋਂ ਚੱਲ ਕੇ ਆਏ ਜੇ ਨਾ, ਇਸ ਘਰ ਦੀ ਗੱਲ ਹੈ ਭਲਾ, ਵੀ ਆਪਣੀ ਪੱਤ ਛੇਤੀ ਘਰ ਜਾਓ, ਆਪਣੀ ਇੱਜ਼ਤ ਨਾਲ ਆਪਣੇ ਘਰ ਚੱਲ ਜਾਓਗੇ, ਕਿਹੜੇ ਘਰ ਦੀ ਗੱਲ ਹੋ ਰਹੀ ਭਲਾ? ਇੱਥੇ ਹੁਣ ਇਹ ਘਰ ਸਾਡੇ ਤਨ ਦਾ ਸਮਝੋ, ਤੁਹਾਨੂੰ ਜਿੱਥੋਂ ਆਪਾਂ ਸਾਰੇ ਜਿੱਥੋਂ ਆਏ ਹਾਂ ਨਾ, ਉਹ ਘਰ ਕਿਹਦਾ? ਸਾਡੇ ਤਨ ਦਾ। ਆਪਾਂ ਆਪਣੇ ਤਨ ਦੇ ਘਰ ਦੀ ਗੱਲ ਕਰ ਰਹੇ ਹਾਂ, ਪਰ ਇੱਥੇ ਗੱਲ ਹੋ ਰਹੀ ਹੈ ਮਨ ਦੇ ਘਰ ਦੀ। ਮਨ ਦਾ ਘਰ ਕਿਹੜਾ ਭਲਾ? ਸਾਡੇ ਮਨ ਦਾ ਘਰ ਕਿਹੜਾ? ਇਹਨੂੰ ਤਾਂ ਬਾਣੀ 'ਚ ਲਿਖਿਆ, ਬਾਜ ਥੂਨੀਆਂ ਛਪਰਾ ਥਾਮਿਆ, ਨੀ ਘਰਿਆ ਕਰ ਪਾਇਆ ਰੇ, ਬਿਨ ਜੜੀਏ ਲੈ ਜੜਿਓ ਜੜਾਵਾ, ਥੇਵਾ ਅਚਰਜ ਲਾਇਆ ਰੇ। ਜਿਹੜਾ ਮਨ ਹੈ ਨਾ, ਮਨ ਇਹ ਨਿਘਰਾ ਹੈ। ਸਰੀਰ ਦਾ ਤਾਂ ਆਪਣਾ ਘਰ ਹੈ, ਆਪਾਂ ਨੂੰ ਕੋਈ ਪੁੱਛੇ, ਤੁਹਾਨੂੰ ਕੋਈ ਪੁੱਛੇ ਤੁਹਾਡਾ ਘਰ ਕਿਹੜਾ, ਤੁਸੀਂ ਇੱਕ ਮਿੰਟ ਲਾਉਂਦੇ ਐਡਰੈਸ ਦੱਸਣ ਲੱਗੇ, ਇੱਦਾਂ ਕਰਦੇ ਹਾਂ ਆਪਾਂ, ਫਲਾਣੇ ਮੁਹੱਲੇ 'ਚ ਹੈ, ਪੰਜਵਾਂ ਨੰਬਰ ਘਰ ਸਾਡਾ, ਇੱਦਾਂ ਦੱਸਦੇ ਹਾਂ ਆਪਾਂ। ਅਤੇ ਜੇ ਸਾਨੂੰ ਕੋਈ ਪੁੱਛੇ ਤੁਹਾਡੇ ਮਨ ਦਾ ਘਰ ਕਿਹੜਾ, ਕੀ ਦੱਸਾਂਗੇ ਭਲਾ ਆਪਾਂ? ਮਨ ਦਾ ਘਰ ਤਾਂ ਹੈ ਹੀ ਕੋਈ ਨਹੀਂ, ਮਨ ਤਿੰਨ ਘਰਾਂ ਹੀ ਤੁਰਿਆ ਫਿਰਦਾ। ਆਪਾਂ ਰੋਜ਼ 16 ਸਾਹਿਬ ਦੀ ਬਾਣੀ 'ਚ ਪੜ੍ਹਦੇ ਹਾਂ, ਨਿੱਜ ਘਰ ਮਹਿਲ, ਪੜ੍ਹੋ ਸਾਰੇ, ਨਿੱਜ ਘਰ ਮਹਿਲ ਪਾਵੋ ਸੁੱਖ, ਬੌਰ ਨਾ ਹੋਏ ਗੋ। ਨਿੱਜ ਘਰ ਦਾ ਅਰਥ ਕੀ ਹੈ? ਮਨ ਦਾ ਅਸਲੀ ਘਰ ਕਿਹੜਾ ਹੈ? ਅੰਤਰਾਤਮਾ, ਜਿੱਥੇ ਉਹਨੇ ਟਿਕਣਾ ਹੈ। ਹੁਣ ਇਮਾਨਦਾਰੀ ਨਾਲ ਦੱਸਿਓ, ਜਦੋਂ ਸਾਡਾ ਬੱਚਾ ਸਕੂਲ ਆਪਣਾ ਤਨ ਲੈ ਕੇ ਜਾਂਦਾ, ਜੇ ਉਹ ਮਨ ਨਾਲ ਨਾ ਲੈ ਕੇ ਜਾਏ, ਉਹ ਪੜ੍ਹ ਸਕਦਾ? ਬੋਲ ਕੇ ਦੱਸਿਓ ਜੀ। ਮਤਲਬ ਬੱਚਾ ਕਲਾਸ 'ਚ ਬੈਠਾ, ਟੀਚਰ ਉਹਨੂੰ ਪੜ੍ਹਾ ਰਿਹਾ, ਪਰ ਬੱਚੇ ਦਾ ਵੇਖੋ, ਸਿਆਣੇ ਬੱਚੇ ਬੈਠੇ, ਉਹ ਅੱਗੇ ਹੱਸ ਰਹੇ, ਉਹਨਾਂ ਨੂੰ ਸਮਝ ਆ ਰਹੀ ਹੈ, ਨਿੱਕੇ ਨਿੱਕੇ ਬੱਚੇ ਨੂੰ ਸਮਝ ਆ ਰਹੀ ਵੀ ਕਲਾਸ ਲੱਗੀ ਹੈ,
ਟੀਚਰ ਪੜ੍ਹਾ ਰਿਹਾ ਅਤੇ ਬੱਚੇ ਅਤੇ ਟੀਚਰ ਨੂੰ ਸਮਝ ਆ ਜਾਂਦੀ ਕਿ ਇਸ ਬੱਚੇ ਦਾ ਮੇਰੀ ਕਲਾਸ ਵਿੱਚ ਧਿਆਨ ਤੋ ਕਈ ਵਿਸ਼ਾ ਪਿੱਛੇ ਘੁੱਗੀਆਂ ਕਬੂਤਰ ਵਾਹ ਰਹੇ ਹੁੰਦੇ ਨੇ ਪਿੱਛੇ ਇੱਦਾਂ ਪੈੱਨ ਘਸਾ ਰਹੇ ਹੁੰਦੇ ਨੇ ਅਤੇ ਟੀਚਰ ਨੂੰ ਸਮਝ ਆ ਜਾਂਦੀ ਹੈ ਇਹਦਾ ਮੇਰੀ ਗੱਲ ਵੱਲ ਧਿਆਨ ਨਹੀਂ ਹੈਗਾ। ਅੱਛਾ ਹੁਣ ਤੁਸੀਂ ਇਮਾਨਦਾਰ ਨੂੰ ਦੱਸਿਓ ਫਿਰ ਉਹ 5-7 ਦਿਨ ਕਲਾਸਾਂ ਲਾਉਣ ਤੋਂ ਬਾਅਦ ਉਹ ਕੀ ਕਰਦੇ ਆ ਡੈਰੀ ਵਿੱਚ ਲਿਖ ਦਿੰਦੇ ਆ ਕੱਲ੍ਹ ਨੂੰ ਆਪਣੀ ਮੰਮੀ ਆਪਣੇ ਡੈਡੀ ਨੂੰ ਨਾਲ ਲੈ ਕੇ ਆਇਓ। ਕੀ ਕਹਿੰਦੇ ਨੇ ਭਲਾ ਕਿ ਤੁਹਾਡੇ ਬੱਚੇ ਦਾ ਪੜ੍ਹਾਈ ਵਿੱਚ ਕੁਲ ਬੋਲੋ ਬੱਚਿਓ ਕੀ ਕਹਿੰਦਾ ਟੀਚਰ ਭਲਾ ਪ੍ਰਿੰਸੀਪਲ ਕੀ ਕਹਿੰਦਾ ਤੁਹਾਡੇ ਬੱਚੇ ਦਾ ਪੜ੍ਹਾਈ ਵਿੱਚ ਧਿਆਨ ਨਹੀਂ ਹੈ। ਅੱਛਾ ਉਹ ਅੱਗਿਓਂ ਇਹ ਪੁੱਛਦੇ ਆ ਵੀ ਇਹ ਆਉਂਦਾ ਨਹੀਂ ਸਕੂਲ ਟੀਚਰ ਕਹਿੰਦਾ ਜੀ ਆਉਂਦਾ ਹੈ। ਅੱਛਾ ਅਗਲਾ ਸਵਾਲ ਪੁੱਛਦਾ ਕਲਾਸ 'ਚ ਬਹਿੰਦਾ ਨਹੀਂ ਹੈ ਬੱਚੇ ਆਉਂਦੇ ਆ ਬਹਿੰਦਾ ਹੈ ਫਿਰ ਧਿਆਨ ਦਾ ਕੀ ਮਤਲਬ ਹੈ ਕਹਿੰਦੇ ਜਿਸ ਮਨ ਨੇ ਪੜ੍ਹਨਾ ਉਹ ਮਨ ਉੱਥੇ ਨਹੀਂ ਹੈਗਾ ਉਹਦਾ ਇੱਦਾਂ ਹੀ ਹੁੰਦਾ ਕਿਉਂ ਬੱਚਿਓ ਵੇਖੋ ਸਿਆਣੇ ਬੱਚੇ ਨੂੰ ਸਮਝ ਆ ਰਹੀ ਹੈ ਇੱਦਾਂ ਹੁੰਦਾ ਨਾ ਤਨ ਚਲਾ ਗਿਆ ਮਨ ਨਹੀਂ ਗਿਆ ਜਦੋਂ ਤੱਕ ਉਹਦਾ ਮਨ ਉੱਥੇ ਨਹੀਂ ਹੋਏਗਾ ਜਿਸ ਮਨ ਨੇ ਸਿੱਖਣਾ ਹੈ ਕਿ ਟੀਚਰ ਦੀ ਕਲਾਸ ਲਾਉਣ ਦਾ ਕੋਈ ਫਾਇਦਾ ਹੈ। ਹੁਣ ਇਹਨੂੰ ਲਾ ਲਓ ਆਪਣੇ 'ਤੇ ਇੱਥੇ ਸ਼ਬਦ ਪੜ੍ਹਿਆ ਬੱਚੀਆਂ ਨੇ ਤਨ ਬੈਠਾ ਸੀ ਅਤੇ ਜਿਹੜਾ ਸ਼ਬਦ ਪੜ੍ਹਿਆ ਗਿਆ ਜੇ ਮਨ ਇੱਥੇ ਹਾਜ਼ਰ ਨਹੀਂ ਹੋਏਗਾ ਤਾਂ ਆਪਾਂ ਨੂੰ ਬਾਹਰ ਜਾਂਦਿਆਂ ਕੋਈ ਪੁੱਛੇ ਕਿਹੜਾ ਸ਼ਬਦ ਪੜ੍ਹਿਆ ਕਿਹੜੇ ਸ਼ਬਦ ਦੀ ਵਿਚਾਰ ਕੀਤੀ ਕਿਉਂ ਸਾਧ ਸੰਗਤ ਜੀ ਲੱਗਦਾ ਨਹੀਂ ਸਾਨੂੰ ਘੰਟਿਆਂ ਬੱਧੀ ਅੱਜ ਤਨ ਬਾਣੀ ਪੜ੍ਹੀ ਜਾ ਰਿਹਾ ਮਨ ਬਾਣੀ ਸਾਰੇ ਬੋਲੋ ਹਾਜ਼ਰੀ ਲਵਾਇਆ ਕਰੋ ਤਨ ਬਾਣੀ ਪੜ੍ਹਦਾ ਮਨ ਬਾਣੀ ਨਹੀਂ ਪੜ੍ਹਦਾ ਜੇ ਮਨ ਨਹੀਂ ਬਾਣੀ ਪੜ੍ਹਦਾ ਇਸੇ ਕਰਕੇ ਤਾਂ ਫਾਇਦਾ ਨਹੀਂ ਹੋ ਰਿਹਾ ਜੇ ਮਨ ਬਾਣੀ ਪੜ੍ਹੇਗਾ ਜੇ ਬੱਚੇ ਬਾਰੇ ਅਸੀਂ ਬੱਚੇ ਬਾਰੇ ਤਾਂ ਕਹਿਤਾ ਪੁੱਤ ਪੜ੍ਹਾਈ 'ਚ ਧਿਆਨ ਦਿਆ ਕਰ ਅਤੇ ਜੇ ਬੱਚਾ ਅੱਗਿਓਂ ਕਹਿ ਦੇ ਵੀ ਤੁਸੀਂ ਵੀ ਗੁਰਬਾਣੀ ਵਿੱਚ ਧਿਆਨ ਦਿਆ ਕਰੋ ਤੁਸੀਂ ਵੀ ਤਾਂ ਗੁਰਦੁਆਰੇ ਜਾਂਦੇ ਹੀ ਜੇ ਸਾਲਾਂ ਬੱਧੀ ਗੁਰਦੁਆਰੇ ਜਾਣ ਵਾਲਾ ਵਿਅਕਤੀ ਵੀ ਅੱਜ ਦੇਹਧਾਰੀਆਂ ਦੀ ਪੂਜਾ ਕਰ ਰਿਹਾ ਕਿ ਨਹੀਂ ਕਰ ਰਿਹਾ ਮੰਦਰਾਂ ਦੇ ਵਿੱਚ ਮੱਥੇ ਟੇਕ ਰਿਹਾ ਕਿ ਨਹੀਂ ਟੇਕ ਰਿਹਾ ਪੁੱਤਰਾਂ ਧੀਆਂ ਦੇ ਆਨੰਦ ਕਾਰਜ ਕਰਨ ਲੱਗਿਆਂ ਜੋਤਸ਼ੀਆਂ ਦੇ ਕੋਲੋਂ ਪੁੱਛ ਰਿਹਾ ਕਿ ਨਹੀਂ ਪੁੱਛ ਰਿਹਾ ਕਈ ਤਾਂ ਪੜ੍ਹਾਈ ਬਾਰੇ ਵੀ ਪੁੱਛ ਰਹੇ ਨੇ ਸਾਡਾ ਬੱਚਾ ਪੜ੍ਹਦਾ ਨਹੀਂ ਕਿਤੇ ਪੜ੍ਹਾਈ ਵੱਧੀ ਤਾਂ ਨਹੀਂ ਇਹਨੇ ਕਈਆਂ ਨੂੰ ਇਹ ਵੀ ਵਹਿਮ ਹੁੰਦਾ ਵੀ ਸਾਡੇ ਬੱਚੇ ਦੀ ਪੜ੍ਹਾਈ ਬੰਨਤੀ ਕਿਸੇ ਨੇ ਉਹ ਫਿਰ ਕੀ ਕਰਦਾ ਉਪਾਅ ਕਰਦੇ ਆ ਨਾਰੀਅਲ ਨਹਿਰਾਂ 'ਚ ਸੁੱਟਦੇ ਆ ਕਈ ਪ੍ਰਕਾਰ ਦੇ ਕਰਮ ਕਾਂਡ ਕਰਦੇ ਆ ਵੀ ਇੱਦਾਂ ਦੇ ਉਪਾਅ ਕੀਤੇ ਆ ਸ਼ਾਇਦ ਸਾਡੇ ਗਲੋਂ ਬਲਾ ਲੈ ਜਾਏ ਧਿਆਨ ਨਾਲ ਸੁਣਿਓ ਗੁਰੂ ਸਾਹਿਬ ਦੀ ਬਾਣੀ ਇੱਥੇ ਕਹਿੰਦੀ ਆਪਣੀ ਪਤ ਸੇਤੀ ਕਰ ਜਾਵੋ ਤੁਸੀਂ ਇੱਜ਼ਤ ਨਾਲ ਆਪਣੇ ਅੰਤਰ ਆਤਮੇ ਟਿਕ ਜਾਵੋਗੇ ਅਤੇ ਜਦੋਂ ਅੰਦਰ ਤੁਹਾਡਾ ਮਨ ਅੰਦਰੋਂ ਖੁਸ਼ ਹੋਏਗਾ ਤੁਹਾਡੇ ਘਰ ਵੀ ਖੁਸ਼ੀ ਹੋਏਗੀ ਜਿਹਨੂੰ ਬਾਣੀ 'ਚ ਲਿਖਿਆ ਘਰ ਸੁੱਖ ਵਸਿਆ ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ ਜੇ ਤੁਹਾਡਾ ਅੰਤਰ ਆਤਮੇ ਖੁਸ਼ ਹੈ ਤਾਂ ਤੁਹਾਡਾ ਘਰ ਵੀ ਖੁਸ਼ ਰਹੇਗਾ ਜੇ ਤੁਹਾਡਾ ਮਨ ਖੁਸ਼ ਨਹੀਂ ਤਾਂ ਬਾਹਰ ਖੁਸ਼ੀ ਕਿੱਦਾਂ ਆਏਗੀ ਆਪਣੀ ਪਤ ਛੇਤੀ ਘਰ ਜਾਵੋ ਅੱਗੇ ਮਹਾਰਾਜ ਕਹਿੰਦੇ ਖਾਣਾ ਪੀਣਾ ਸਾਰੇ ਪੜ੍ਹੋ ਜਿਹਨਾਂ ਨੂੰ ਬਾਣੀ ਆਉਂਦੀ ਹੈ ਖਾਣਾ ਪੀਣਾ ਹੱਸਣਾ ਸੌਣਾ ਅੱਛਾ ਇਹ ਚਾਰ ਚੀਜ਼ਾਂ ਜ਼ਿੰਦਗੀ 'ਚ ਬੰਦਾ ਕਰਦਾ ਕਿ ਨਹੀਂ ਕਰਦਾ ਖਾਂਦਾ ਵੀ ਆ ਪੀਂਦਾ ਵੀ ਆ ਪੀਣ 'ਚ ਪਾਣੀ ਆਉਂਦਾ ਹੈ ਜੂਸ ਆਉਂਦਾ ਹੈ ਲੱਸੀ ਆਉਂਦੀ ਹੈ ਜਿੰਨੇ ਮਰਜ਼ੀ ਹੈ ਹੁਣ ਪੀਣ ਦੇ ਅਰਥ ਕਈ ਦੂਜੇ ਬੰਨੇ ਵੀ ਖੜ ਸਕਦੇ ਪਰ ਇੱਥੇ ਪੀਣ ਦਾ ਅਰਥ ਚੰਗੇ ਪਦਾਰਥ ਜਿਹੜੇ ਤੇਰੀ ਸਿਹਤ ਦੇ ਫਾਇਦੇ ਵਾਸਤੇ ਆ ਖਾਣਾ ਪੀਣਾ ਹੱਸਣਾ ਅਤੇ ਤੀਜਾ ਚੌਥਾ ਸੌਣਾ ਇਹ ਸਾਡੀ ਜ਼ਿੰਦਗੀ ਦੀਆਂ ਮੇਨ ਲੋੜਾਂ ਨੇ ਇਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪਰ ਅੱਗੇ ਕਹਿੰਦੇ ਨੇ ਵਿਸਰ ਗਿਆ ਬਸ ਆਹ ਚੇਤਾ ਰੱਖੀ ਖਾਂਦਿਆਂ ਪੀਂਦਿਆਂ ਹੱਸਦਿਆਂ ਸੌਂਦਿਆਂ ਜੇ ਸੱਚ ਦਾ ਪੱਲਾ ਛੱਡ ਬੈਠੇ ਹਾਂ ਤਾਂ ਮੌਤ ਅਵੱਛ ਹੈ ਫਿਰ ਗੱਲ ਦੁਹਰਾਵਾਂ ਖਾਣ ਤੋਂ ਮਨ੍ਹਾ ਨਹੀਂ ਕਰਦੀ ਗੁਰਮਤਿ ਪੀਣ ਤੋਂ ਮਨ੍ਹਾ ਨਹੀਂ ਕਰਦੀ ਹੱਸਣ ਤੋਂ ਮਨ੍ਹਾ ਨਹੀਂ ਕਰਦੀ ਸੌਣ ਤੋਂ ਮਨ੍ਹਾ ਨਹੀਂ ਕਰਦੀ ਪਰ ਜੇ ਸੱਚ ਦਾ ਲੜ ਛੱਡ ਦਿੱਤਾ ਤਾਂ ਆਤਮਿਕ ਤੌਰ 'ਤੇ ਮੌਤ ਅਵੱਛ ਹੈ ਪੱਕਾ ਮਰੇਗਾ ਹੀ ਮਰੇਗਾ ਤੂੰ ਖਾਣਾ ਪੀਣਾ ਹੱਸਣਾ ਸੌਣਾ ਇੱਥੇ ਰੁਕ ਜਾਓ ਵਿਸਰ ਗਿਆ ਹੈ ਮਰਨਾ ਜੇ ਵਿਸਰ ਗਿਆ ਤਾਂ ਮਰਨਾ ਅਵੱਛ ਹੈ ਫਿਰ ਤੁਹਾਨੂੰ ਮੌਤ ਤੋਂ ਦੁਨੀਆ ਦੀ ਕੋਈ ਤਾਕਤ ਨਹੀਂ ਬਚਾ ਸਕਦੀ ਕਿਹੜੀ ਮੌਤ ਤੋਂ ਆਤਮਿਕ ਮੌਤ ਤੋਂ ਹੁਣ ਦੱਸਿਓ ਅੱਜ ਤੁਹਾਨੂੰ ਸਰੀਰਕ ਤੌਰ 'ਤੇ ਬੰਦੇ ਬਾਹਰੋਂ ਜਿਉਂਦੇ ਦਿਸਣਗੇ
ਪਰ ਅੰਦਰੋਂ ਮਰੇ ਹੋਏ ਨੇ, ਹੱਸ ਰਹੇ ਨੇ, ਖੇਡ ਰਹੇ ਨੇ, ਪੀ ਰਹੇ ਨੇ, ਪਰ ਅੰਦਰ ਜ਼ਮੀਰ ਨਾਂ ਦੀ ਕੋਈ ਚੀਜ਼ ਨਹੀਂ। ਜਿਹਨੂੰ ਬਾਣੀ ਲਿਖਿਆ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਪੜ੍ਹੋ ਅਵਰ ਨਾ ਜੀਵੈ ਕੋਏ। ਬਾਣੀ ਕਹਿੰਦੀ ਉਹ ਹੋਰ ਨਹੀਂ ਕੋਈ ਜਿਉਂਦਾ ਜੇ ਬੰਦੇ ਦੇ ਕੋਲ ਸੱਚ ਹੈ ਨਹੀਂ, ਸੱਚਾਈ ਹੈ ਨਹੀਂ, ਗੁਣ ਹੈ ਨਹੀਂ, ਫਿਰ ਬੰਦਾ ਜਿਉਂਦਾ ਨਹੀਂ ਹੈ। ਖਾਣਾ ਪੀਣਾ ਪੜ੍ਹੋ, ਹੱਸਣਾ ਵਿਸਰ ਗਿਆ ਹੈ ਮਰਨਾ, ਨਾਨਕ ਸਤਿਗੁਰ ਪੇਟੇ ਪੂਰੀ ਹੋਵੇ ਜੁਗਤ। ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿੱਚ ਹੋਵੇ ਮੁਕਤ। ਕਿੰਨਾ ਪਿਆਰਾ ਵਚਨ ਇਹਦੇ ਨਾ, ਇਹਨਾਂ ਸ਼ਬਦਾਂ ਨੂੰ ਲੈਮੀਨੇਸ਼ਨ ਕਰਾ ਕੇ ਇਹਨਾਂ ਸ਼ਬਦਾਂ ਦੇ ਅਰਥ ਮੀਨਿੰਗ ਵਿੱਚ ਲਿਖ ਕੇ ਆਪਣੇ ਘਰਾਂ 'ਚ ਜਿਹੜੀ ਲੌਬੀ ਹੈ ਡਰਾਇੰਗ ਰੂਮ ਉੱਥੇ ਲਾਉਣੇ ਚਾਹੀਦੇ ਆ। ਜਿਹੜਾ ਸਾਨੂੰ ਕਹੇ ਭਾਈ ਪਰਿਵਾਰ 'ਚ ਰਹਿ ਕੇ ਮੁਕਤੀ ਥੋੜ੍ਹਾ, ਭਾਈ ਪਰਿਵਾਰ 'ਚ ਥੋੜ੍ਹਾ, ਤੁਹਾਨੂੰ ਤਿਆਗਣਾ ਪੈਣਾ ਕਿਤੇ, ਤੁਹਾਨੂੰ ਪਰਿਵਾਰ ਤੋਂ ਪਾਸੇ ਹੋਣਾ ਪੈਣਾ। ਇਹੋ ਹੀ ਸਮਾਜ ਵੀ ਦੱਸਿਆ ਗਿਆ ਸੀ, ਤਾਂ ਹੀ ਤੁਸੀਂ ਵੇਖਿਓ ਕਈ ਬੰਦੇ ਪਿਛਲੀ ਉਮਰੇ ਡੇਰਿਆਂ 'ਤੇ ਚੜ੍ਹ ਜਾਂਦੇ ਆ। ਸ਼ਾਇਦ ਆਪਣੇ ਪਰਿਵਾਰ 'ਚ ਰਹਿ ਕੇ ਅਸੀਂ ਰੱਬ ਦੀ ਬੰਦਗੀ ਨਹੀਂ ਕਰ ਸਕਦੇ। ਅਤੇ ਗੁਰਬਾਣੀ ਕਹਿੰਦੀ ਹੱਸਣਾ, ਤੁਸੀਂ ਆਪਣੇ ਪਰਿਵਾਰ 'ਚ ਹੱਸ ਵੀ ਸਕਦੇ ਹੋ, ਖੇਡ ਸਕਦੇ ਹੋ, ਨਾਨਕ ਸਤਿਗੁਰ ਭੇਟੇ ਹੈ। ਹੇ ਨਾਨਕ, ਜਦੋਂ ਸਤਿਗੁਰ ਬੰਦੇ ਦੀ ਸੁਰਤ ਨਾਲ ਮਿਲ ਜਾਏ, ਗਿਆਨ ਉਪਦੇਸ਼ ਸੁਰਤ ਵਿੱਚ ਇੱਕਮਿਕ ਹੋ ਜਾਏ, ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਵਾਉਂਦਿਆਂ ਵਿੱਚੇ ਹੋਵੇ ਮੁਕਤ, ਵਿੱਚੇ ਰਹਿੰਦਿਆਂ ਮੁਕਤੀ ਪ੍ਰਾਪਤ ਕਰਨੀ ਹੈ। ਯਾਦ ਰੱਖਣਾ, ਤਰਿਆ ਵੀ ਪਾਣੀ 'ਚ ਜਾਂਦਾ ਅਤੇ ਡੁੱਬਿਆ ਵੀ ਪਾਣੀ 'ਚ ਜਾਂਦਾ। ਜਿਹੜੇ ਡੁੱਬਣ ਤੋਂ ਡਰਦੇ ਨੇ ਉਹ ਕਦੀ ਪਾਣੀ 'ਚ ਤਾਰੀਆਂ ਨਹੀਂ ਲਾ ਸਕਦੇ। ਸਿੱਧ ਲੋਕ ਉਹ ਸੀ ਜਿਹੜੇ ਸੰਸਾਰ ਛੱਡ ਕੇ ਬੈਠੇ ਸੀ ਅਤੇ ਪੁੱਛਦੇ ਗੁਰੂ ਨਾਨਕ ਸਾਹਿਬ ਨੂੰ ਸੀ ਕਿ ਮਾਤ ਲੋਕ ਵਿੱਚ ਕਿਆ ਵਰਤਾਰਾ, ਸਿੱਧ ਸਭ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਸਿੱਧ ਪੁੱਛਣ ਸੁਣ ਨਾਨਕਾ, ਮਾਤ ਲੋਕ ਵਿੱਚ ਕਿਆ ਵਰਤਾਰਾ, ਵੀ ਅਸੀਂ ਤਾਂ ਮਾਤ ਲੋਕ ਛੱਡ ਆਏ, ਅਸੀਂ ਤਾਂ ਦੁਨੀਆ ਛੱਡ ਆਏ, ਦੁਨੀਆ 'ਚ ਕੀ ਵਰਤ ਰਿਹਾ। ਅਤੇ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਹੱਸ ਕੇ ਕਹਿੰਦੇ ਕਮਲਿਓ, ਮੈਨੂੰ ਜੋ ਪੁੱਛਦੇ ਪਏ ਹੋ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਇਹ ਸਾਰਾ ਕੁਝ ਛੱਡਿਆ ਕਾਹਦੇ ਲਈ। ਕਹਿੰਦੇ ਰੱਬ ਦੀ ਪ੍ਰਾਪਤੀ ਲਈ, ਵੀ ਉਹ ਛੱਡਿਆ ਇਸ ਕਰਕੇ ਹੈ, ਉੱਥੇ ਰਹਿੰਦੇ ਤਾਂ ਸਾਡੇ ਮਨ ਨੂੰ ਕਾਲਖ ਲੱਗ ਜਾਣੀ ਸੀ। ਇਹ ਤਾਂ ਇੱਦਾਂ ਕਹਾਣੀ ਹੋ ਗਈ ਵੀ ਕੋਈ ਬੰਦਾ ਦਰਿਆ ਦੇ ਕੰਢੇ ਟਹਿਲ ਰਿਹਾ ਸੀ, ਉਹਨੂੰ ਕਿਸੇ ਨੇ ਆਣ ਕੇ ਪੁੱਛਿਆ ਤੂੰ ਕੀ ਕਰ ਰਿਹਾ, ਕਹਿੰਦਾ ਪਾਣੀ ਦੇ ਵਿੱਚ ਤਰਨ ਦੀ ਜਾਚ ਸਿੱਖਣ ਆਇਆ। ਅਤੇ ਉਹਨੂੰ ਬੰਦਾ ਹੱਸ ਕੇ ਆਉਂਦਾ ਵੀ ਜੇ ਤਰਨ ਦੀ ਜਾਚ ਸਿੱਖਣਾ ਪਾਣੀ 'ਚ ਨਹੀਂ ਜਾਂਦਾ। ਅਤੇ ਅੱਗੇ ਉਹਦਾ ਜਵਾਬ ਸੀ, ਕਹਿੰਦਾ ਵੀ ਮੈਨੂੰ ਤਰਨਾ ਨਹੀਂ ਆਉਂਦਾ, ਮੈਂ ਕਿਤੇ ਪਾਣੀ 'ਚ ਡੁੱਬ ਨਾ ਜਾਵਾਂ। ਉਹ ਕਹਿੰਦਾ ਵੀ ਜੇ ਤਰਨ ਦੀ ਜਾਚ ਸਿੱਖਣੀ ਹੈ ਤਾਂ ਤੈਨੂੰ ਪਾਣੀ ਵਿੱਚ। ਹੁਣ ਕੋਈ ਬੰਦਾ ਗੱਡੀ ਨੂੰ ਚਲਾਉਣ ਦੀ ਜਾਚ ਸਿੱਖਣੀ ਹੋਵੇ, ਡਰਾਈਵ ਕਰਨੀ ਸਿੱਖਣੀ ਹੋਵੇ, ਤੋ ਗੱਡੀ ਦੇ ਬੰਨੇ ਬੰਨੇ ਘੁੰਮੀ ਜਾਵੇ ਅਤੇ ਆਪਾਂ ਨੂੰ ਕਹੀਏ ਭਾਈ ਤੂੰ ਕੀ ਕਰ ਰਿਹਾ, ਕਹਿੰਦਾ ਮੈਂ ਗੱਡੀ ਚਲਾਉਣ ਦੀ, ਉੱਚੀ ਬੋਲੋ ਗੱਡੀ ਚਲਾਉਣ ਦੀ, ਅੱਛਾ ਜਾਚ ਸਿੱਖ ਰਿਹਾ, ਅਤੇ ਤੂੰ ਗੱਡੀ 'ਚ ਬਹਿ ਕੇ ਸਟਾਰਟ ਨਹੀਂ ਕਰਦਾ। ਅਤੇ ਅੱਗੇ ਉਹਦਾ ਜਵਾਬ ਹੋਵੇ ਇਸ ਕਰਕੇ ਵੀ ਕਿਤੇ ਕਿਸੇ ਵਿੱਚ ਵੱਜ ਨਾ ਜਾਵੇ। ਕਹਿੰਦਾ ਜੇ ਵੱਜਣ ਦੇ ਡਰ ਤੋਂ ਸਲਫ ਨਹੀਂ ਮਾਰੇਗਾ, ਇਹਨੂੰ ਤੋਰੇਗਾ ਨਹੀਂ, ਤਾਂ ਤੂੰ ਜ਼ਿੰਦਗੀ 'ਚ ਕਦੀ ਗੱਡੀ ਚਲਾਉਣ ਦੀ ਜਾਚ, ਜੇ ਗੱਡੀ ਚਲਾਉਣ ਦੀ ਜਾਚ ਸਿੱਖਣੀ ਹੈ ਤਾਂ ਇੱਕ ਦੋ ਵਾਰ ਤੇਰੇ ਕੋਲੋਂ ਵੱਜੇਗੀ ਵੀ, ਰੋਡ ਤੋਂ ਲੱਥੇਗੀ ਵੀ, ਫਿਰ ਜਾ ਕੇ ਤੁਸੀਂ ਵੇਖਿਆ ਜਿਨ੍ਹਾਂ ਨੂੰ ਸਾਈਕਲ ਚਲਾਉਣ ਦੀ ਜਾਚ ਸਿੱਖੀ ਸੀ ਨਿਆਣੇ, ਕਿੱਦਾਂ ਅਰਕਾਂ ਛਿੱਲੀਆਂ ਹੁੰਦੀਆਂ ਨੇ, ਕਈ ਵਾਰੀ ਟੱਲੀ ਆਣ ਕੇ ਗਲ ਦੇ ਵਿੱਚ ਵੱਜ ਜਾਂਦੀ ਸੀ। ਤੁਸੀਂ ਵੇਖਿਆ ਕਈ ਛੋਟੇ ਬੱਚਿਆਂ ਦੇ ਸਰੀਰ 'ਤੇ ਕਿੰਨੇ ਨਿਸ਼ਾਨ ਪਏ ਹੁੰਦੇ ਨੇ। ਤੋ ਜਿੰਨੇ ਉਹ ਇਹਨਾਂ ਚੀਜ਼ਾਂ 'ਚ ਉਸ ਓਨੀਆਂ ਛੇਤੀ ਚੀਜ਼ਾਂ ਚਲਾਉਣੀਆਂ ਸਿੱਖ ਜਾਂਦੇ ਨੇ, ਅਤੇ ਕਈ ਡਰਨਗੇ ਵੇਖੀ ਤਾਂ ਪੈਰ ਨਾ ਜ਼ਮੀਨ 'ਤੇ ਪਾਈ, ਉਹ ਬੱਚਾ ਸਿੱਖ ਵੀ ਨਹੀਂ ਪਾਉਂਦਾ ਜ਼ਿੰਦਗੀ 'ਚ ਕਦੀ। ਜਦੋਂ ਡਰ ਦਿਮਾਗ ਦੇ ਵਿੱਚ ਬੈਠਾ ਤਾਂ ਅੱਗੇ ਕਿੱਦਾਂ ਵਧਣਾ ਹੈ। ਤੂੰ ਗੁਰੂ ਪਾਤਸ਼ਾਹ ਗੱਲ ਸਮਝਾ ਰਿਹਾ, ਕਹਿੰਦੇ ਵੀ ਜੇ ਸੰਸਾਰ ਛੱਡ ਦਿੱਤਾ, ਤਰਿਆ ਵੀ ਪਾਣੀ ਜਾਣਾ ਅਤੇ ਡੁੱਬਿਆ ਵੀ ਪਾਣੀ ਜਾਣਾ, ਜੇ ਤੁਸੀਂ ਕਾਲਖ ਤੋਂ ਡਰਦੇ ਗਏ ਰਹਿਣਾ ਸੰਸਾਰ, ਜਿਹਨੂੰ ਆਪਾਂ ਬਾਣੀ 'ਚ ਕਹਿੰਦੇ ਪੜ੍ਹਦੇ ਹਾਂ ਥਾਪਿਆ ਨਾ ਜਾਏ ਆਪੇ ਆਪ ਨਿਰੰਜਨ ਸੋਏ ਦਾ ਅਰਥ ਕੀ ਹੈ, ਅੰਜਨ ਕਹਿੰਦੇ ਕਾਲਖ ਨੂੰ, ਵਿੱਚ ਰਹਿ ਕੇ ਨਿਰੰਜਨ ਨਾਲ ਸਾਂਝ ਪਾ ਕੇ ਰੱਖਣੀ ਹੈ। ਗੱਲੀ ਯੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੇ ਜੋਗੀ ਕਹੀ ਹੈ ਸੋਗੀ। ਕਹਿੰਦੇ ਅੰਜਨ ਮਾਹੇ ਨਿਰੰਜਨ ਰਹੀ ਹੈ, ਅੰਜਨ ਦਾ ਅਰਥ ਕੀ ਹੈ, ਕਾਲਖ ਸੰਸਾਰ ਵਿਸ਼ੇ ਵਿਕਾਰ ਮਾਇਆ ਜਿਤਨੇ ਵੀ ਸ਼ਬਦ ਜੋੜ ਲਓ, ਰਹਿਣਾ ਇਹਦੇ ਵਿੱਚ ਹੈ ਪਰ ਸੁਰਤ ਨਿਰੰਜਨ ਨਾਲ ਜੋੜ ਕੇ ਰੱਖਣੀ ਹੈ।
ਆਪਣੇ ਆਪ ਨੂੰ, ਆਪਣੀ ਸੁਰਤ ਨੂੰ, ਆਪਣੇ ਮਨ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ। ਗੁਰਦੇਵ ਪਿਤਾ ਮਹਾਰਾਜ ਦੀ ਬਾਣੀ ਇਹ ਉਪਦੇਸ਼ ਬਖਸ਼ਿਸ਼ ਕਰਦੀ ਹੈ। ਸਾਨੂੰ ਸੰਸਾਰ ਸਮਾਜ ਛੱਡਣ ਦੀ ਲੋੜ ਨਹੀਂ ਹੈ। ਗੁਰਦੇਵ ਨੇ ਬਹੁਤ ਸੌਖਾ ਰਾਹ ਸਾਨੂੰ ਦੱਸਿਆ ਕਿੱਦਾਂ ਜ਼ਿੰਦਗੀ ਨੂੰ ਜਿਉਣਾ ਹੈ। ਖਾਣਾ, ਪੀਣਾ, ਹੱਸਣਾ, ਸੌਣਾ, ਵਿਸਰ ਗਿਆ ਹੈ ਮਰਨਾ। ਕਹਿੰਦੇ ਖਸਮ ਵਿਸਾਰ, ਖਸਮ ਕੀ ਹੈ? ਸੱਚ। ਜੇ ਤੁਸੀਂ ਸੱਚ ਨੂੰ ਜ਼ਿੰਦਗੀ 'ਚੋਂ ਵਿਸਾਰ ਦਿੱਤਾ, ਖਸਮ ਵਿਸਾਰ, ਤਾਂ ਕੀ ਹੋਏਗਾ ਫਿਰ? ਖੁਆਰੀ ਕੀਨੀ, ਤੁਹਾਡੇ ਪੱਲੇ ਖੁਆਰੀ ਪੱਕੀ ਵੱਜ ਗਈ ਅਤੇ ਧ੍ਰਿਗ ਜੀਵਨ ਨਹੀਂ ਰਹਿਣਾ। ਫਿਰ ਖਸਮ ਨੂੰ ਛੱਡਿਆ, ਜਿਹੜੇ ਜੀਵਨ ਨੂੰ ਤੁਸੀਂ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ, ਇਹ ਜੀਵਨ ਵੀ ਸਦਾ ਤੁਹਾਡੇ ਕੋਲ ਟਿਕਿਆ ਨਹੀਂ ਰਹਿਣਾ। ਇਹ ਜੀਵਨ ਬਰਬਾਦ ਹੋ ਜਾਏਗਾ, ਧ੍ਰਿਗ ਜੀਵਨ ਨਹੀਂ ਰਹਿਣਾ। ਫਿਰ ਕਰੀਏ ਕੀ? ਕਹਿੰਦੇ ਉਹਦੇ ਗੁਣ ਪੱਲੇ ਬੰਨੋ, ਚੰਗੀਆਂ ਆਦਤਾਂ ਉਹਨੂੰ ਧਿਆਓ, ਉਹਦੇ ਗੁਣ ਆਪਣੀ ਜ਼ਿੰਦਗੀ ਵਿੱਚ ਵਸਾਓ। ਅਗਲਾ ਬਚਨ ਬੜਾ ਪਿਆਰਾ ਹੈ, ਮਹਾਰਾਜ ਦੀ ਬਾਣੀ ਕਹਿੰਦੀ, ਤੁਧ ਨੂੰ ਸੇਵੈ ਤੁਝ ਕਿਆ ਦੇਵੈ। ਜੇ ਮਹਾਰਾਜ ਅਸੀਂ ਤੈਨੂੰ ਸੇਵਦੇ ਹਾਂ, ਜਿਹੜੇ ਤੇਰਾ ਨਾਮ ਜਪਦੇ ਆ, ਤੇਰੇ ਗੁਣਾਂ ਨੂੰ ਯਾਦ ਕਰਦੇ ਆ, ਉਹ ਰੱਬ ਦਾ ਕੁਝ ਨਹੀਂ ਸਵਾਰਦੇ। ਹੁਣ ਇਮਾਨਦਾਰੀ ਨਾਲ ਦੱਸਿਓ, ਜਿਹੜਾ ਬੰਦਾ ਬਾਣੀ ਪੜ੍ਹਦਾ, ਪਾਠ ਕਰਦਾ, ਗੁਰਦੁਆਰੇ ਆਉਂਦਾ, ਇਹ 'ਚ ਅਸੀਂ ਰੱਬ ਦਾ ਕੋਈ ਸਵਾਰ ਰਹੇ ਹਾਂ ਜੀ? ਭਲਾ ਬੋਲੋ ਸਾਧ ਸੰਗਤ ਜੀ, ਇਹ 'ਚ ਅਸੀਂ ਪਰਮਾਤਮਾ ਦਾ ਕੁਝ ਸਵਾਰਦੇ ਹਾਂ? ਭਲਾ ਕਿਹਦਾ ਸਵਾਰਦੇ ਹਾਂ? ਆਪਣਾ ਸਵਾਰਦੇ ਹਾਂ। ਰੋਟੀ ਖਾ ਕੇ ਅਸੀਂ ਦੂਜੇ ਦਾ ਸਵਾਰਦੇ ਕਿ ਆਪਣਾ ਸਵਾਰਦੇ ਹਾਂ? ਬੋਲ ਕੇ ਦੱਸਿਓ, ਆਪਣਾ ਸਵਾਰਦੇ ਹਾਂ ਨਾ। ਰੋਟੀ ਖਾ ਕੇ ਅਸੀਂ ਆਪਣਾ ਸਵਾਰਦੇ ਹਾਂ, ਇਸ਼ਨਾਨ ਕਰਕੇ ਆਪਣਾ ਸਵਾਰਦੇ ਹਾਂ, ਅਤੇ ਪਾਠ ਕਰਕੇ ਆਪਣਾ ਸਵਾਰਦੇ ਹਾਂ, ਅਤੇ ਫਿਰ ਸੁਣਾ ਕੇ ਇਹਨੂੰ ਰਹੇ ਹੁੰਦੇ ਹਾਂ, ਫਲਾਣੇ ਨੇ ਇੰਨੇ ਪਾਠ ਕੀਤੇ ਆ ਜੀ, ਉਹਦੀ ਅਰਦਾਸ ਕਰਦੇ ਹੋ। ਜਦੋਂ ਅਸੀਂ ਪੜ੍ਹਿਆ ਹੀ ਆਪਣੇ ਲਈ ਆ, ਸਾਡਾ ਕਿਸੇ ਸਿਰ ਅਹਿਸਾਨ ਕਾਹਦਾ? ਅਸੀਂ ਕਿਹਨੂੰ ਸਹਾਨ ਕਰਦੇ? ਤੁਧ ਨੂੰ ਸੇਵੈ, ਕਹਿੰਦੇ ਤੁਝ ਕਿਆ ਦੇਵੈ। ਜਿਹੜੇ ਤੈਨੂੰ ਮੈਂ ਸਵੇਰ ਦੇ ਦੀਵਾਨ 'ਚ ਇੱਕ ਉਦਾਹਰਨ ਦਿੱਤੀ ਸੀ ਕਿ ਮੰਨ ਲਓ ਤੁਹਾਡੇ ਘਰ ਕੋਈ ਗੈਸਟ ਆ ਰਿਹਾ, ਕੋਈ ਮਿਲਣ ਆ ਰਿਹਾ ਤੁਹਾਨੂੰ, ਅਤੇ ਤੁਹਾਨੂੰ ਉਹਨੇ ਫੋਨ ਕਰਤਾ ਜੀ ਇੰਨੇ ਘੰਟਿਆਂ ਬਾਅਦ ਅਸੀਂ ਆ ਰਹੇ ਹਾਂ। ਸਫਾਈ ਤਾਂ ਵੈਸੇ ਵੀ ਆਪਾਂ ਆਪਣੇ ਘਰ ਦੀ ਰੋਜ਼ ਹੀ ਕਰਦੇ ਹਾਂ, ਪਰ ਜੇ ਖਲਾਰਾ ਪਿਆ ਹੋਵੇ ਅਤੇ ਗੈਸਟ ਆਉਣ ਕਰਕੇ ਆਪਾਂ ਸਾਰੇ ਕੰਮ ਛੱਡ ਕੇ ਸਭ ਤੋਂ ਪਹਿਲਾਂ ਕੀ ਕਰਾਂਗੇ? ਭਲਾ ਸਫਾਈ ਕਰਾਂਗੇ। ਅੱਛਾ, ਉਹ ਆਇਆ ਤੁਹਾਡੇ ਘਰ 2 ਘੰਟੇ ਲਈ, ਪਰ ਉਹਦੇ ਬਹਾਨੇ ਕੀ ਕੀਤਾ? ਆਪਾਂ ਸਾਰੇ ਘਰ ਦੀ ਸਫਾਈ ਕਰਤੀ। ਦੱਸੋ ਇਹ 'ਚ ਭਲਾ ਆਏ ਗੈਸਟ ਦਾ ਤੁਸੀਂ ਕੁਝ ਸਵਾਰਿਆ? ਬੋਲੋ ਸਤਸੰਗ ਜੀ, ਆਪਾਂ ਉਹਦਾ ਤਾਂ ਕੁਝ ਨਹੀਂ ਸਵਾਰਿਆ, ਪਰ ਉਹਦੇ ਬਹਾਨੇ ਅਸੀਂ ਆਪਣੇ ਘਰ ਨੂੰ ਸਾਫ਼ ਕਰ ਲਿਆ, ਉਹਦੇ ਬਹਾਨੇ ਅਸੀਂ ਆਪਣੇ ਘਰ ਦੀ ਸਾਫ਼ ਸਫਾਈ ਕਰ ਲਈ। ਇੱਦਾਂ ਹੀ ਗੁਰੂ ਪਾਤਸ਼ਾਹ ਦੀ ਬਾਣੀ ਹੈ, ਜੇ ਅਸੀਂ ਕਿਸੇ ਆਏ ਰਿਸ਼ਤੇਦਾਰ, ਮੈਂ ਤਾਂ ਇੱਕ ਉਦਾਹਰਨ ਦਿੱਤੀ ਸੀ ਪਿਛਲੇ ਜੀ ਕਿ ਅਸੀਂ ਨਗਰ ਕੀਰਤਨ ਦੇ ਹੱਕ 'ਚ ਨਹੀਂ, ਪਤਾ ਕਿਉਂ? ਕਿਉਂਕਿ ਅਸੀਂ ਸਰੂਪ ਘੁਮਾ ਰਹੇ ਹਾਂ ਪਰ ਸਿੱਖਦੇ ਕੁਝ ਨਹੀਂ। ਅਸੀਂ ਇੱਕ ਜਗ੍ਹਾ ਤੋਂ ਸਰੂਪ ਲੈ ਕੇ ਜਾ ਰਹੇ ਹਾਂ, ਖਾਂਦੇ ਪੀਂਦੇ ਵਾਪਸ ਮੁੜਾਉਂਦੇ ਹਾਂ, ਪਰ ਅਸੀਂ ਗੁਰਬਾਣੀ ਸਮਝਣ ਵਿਚਾਰਨ ਲਈ ਤਿਆਰ ਨਹੀਂ ਹਾਂ। ਇਹ ਠੀਕ ਸੀ, ਇਹਦੀ ਜ਼ਰੂਰਤ ਆ ਕੋਈ ਹੱਦ ਤੱਕ, ਪਰ ਅੱਜ ਹੋਰ ਕੀ ਆ, ਥਾਂ ਥਾਂ 'ਤੇ ਸਟਾਲ ਲੱਗੇ ਹੁੰਦੇ ਆ, ਬਹੁਤ ਥਾਵਾਂ 'ਤੇ, ਮੈਨੂੰ ਜੰਮੂ ਦਾ ਪਤਾ ਨਹੀਂ ਪਰ ਬਹੁਤ ਥਾਵਾਂ 'ਤੇ ਇੰਝ ਹੁੰਦਾ ਕਿ ਪਬਲਿਕ ਅੱਗੇ ਹੁੰਦੀ ਹੈ ਅਤੇ ਮਹਾਰਾਜ ਦਾ ਸਰੂਪ ਪਿੱਛੇ ਹੁੰਦਾ ਹੈ। ਪਬਲਿਕ ਸੰਗਤ ਆਪਣੇ ਘਰਾਂ 'ਚ ਵੀ ਪਹੁੰਚ ਜਾਂਦੀ ਹੈ ਅਤੇ ਸਰੂਪ ਹੌਲੀ ਹੌਲੀ ਮਗਰ ਆ ਰਿਹਾ ਹੁੰਦਾ। ਅੱਛਾ, ਅੱਗੇ ਅੱਗੇ ਸਫਾਈ ਹੋਈ ਜਾਂਦੀ ਹੈ ਅਤੇ ਪਿੱਛੇ ਪਿੱਛੇ ਡੂਨੇ ਕੱਪ ਜੋ ਜਿੱਧਰ ਦੀ ਲੰਘੀ ਜਾਂਦੇ ਹੈ ਉਹ ਰੋਡ 'ਤੇ ਬਾਜ਼ਾਰਾਂ ਵਿੱਚ ਗੰਦ ਪੈਂਦਾ ਜਾਂਦਾ। ਅੱਛਾ, ਹੁਣ ਸੁਣਿਓ, ਤੁਸੀਂ ਵੇਖਿਆ ਨਗਰ ਕੀਰਤਨ ਦੇ ਬਹਾਨੇ ਅਸੀਂ ਅੱਗਿਓਂ ਅੱਗਿਓਂ ਸਫਾਈ ਵੀ ਕਰਦੇ, ਹੁਣ ਥੋੜ੍ਹੀ ਜਿਹੀ ਸੁਚੇਤ ਸੰਗਤ ਹੋਈ ਹੈ, ਸਫਾਈ ਵੀ ਕਰ ਲਏ ਵੀ ਨਾਲ ਨਾਲ ਉਹਨਾਂ ਨੇ ਬੋਰੀਆਂ ਰੱਖੀਆਂ ਹੁੰਦੀਆਂ ਖਾਲੀ, ਲਿਫਾਫੇ ਰੱਖੇ ਹੁੰਦੇ ਨੇ ਵੀ ਨਾਲ ਨਾਲ ਜਿੱਥੇ ਵੀ ਤੁਹਾਨੂੰ ਕਚਰਾ ਲੱਗੇ ਨਾਲ ਨਾਲ ਸਫਾਈ ਕਰਦੇ ਜਾਓ। ਨਗਰ ਕੀਰਤਨ ਦੇ ਬਹਾਨੇ ਅਸੀਂ ਆਪਣੇ ਘਰਾਂ ਵਿੱਚ, ਆਪਣੀਆਂ ਗਲੀਆਂ ਵਿੱਚ ਕਿੰਨੀ ਸਫਾਈ ਕਰਦੇ ਹਾਂ। ਇੱਕ ਦੂਜਾ ਪੱਖ, ਜੇ ਮੰਨ ਲਓ ਨਗਰ ਕੀਰਤਨ ਦੇ ਬਹਾਨੇ ਅਸੀਂ ਸਫਾਈ ਕਰਦੇ ਹਾਂ, ਮੈਂ ਕਹਿੰਦਾ ਰੋਜ਼ ਕੱਢ ਲੈਣਾ ਚਾਹੀਦਾ, ਫਿਰ ਤਾਂ ਹਰਜੀ ਕੋਈ ਨਹੀਂ। ਉੱਦਾਂ ਸਾਡੀਆਂ ਨਾਲੀਆਂ 'ਚ ਪਾਣੀ ਉੱਦਾਂ ਜਮ੍ਹਾਂ ਹੋਇਆ ਹੁੰਦਾ, ਝਾੜੂ ਉੱਦਾਂ ਪੋਚੇ, ਉੱਦਾਂ ਅਸੀਂ ਆਪਣੇ ਘਰ 'ਚ ਵੀ ਝਾੜੂ ਲਾਉਣ ਲਈ ਕਈ ਵਾਰੀ ਤਿਆਰ ਨਹੀਂ ਹੁੰਦੇ, ਅਤੇ ਨਗਰ ਕੀਰਤਨ ਵਾਲੇ ਦਿਨ ਅਸੀਂ ਰੋਡ 'ਤੇ ਗਲੀਆਂ ਸਾਫ਼ ਕਰ ਰਹੇ ਹੁੰਦੇ ਹਾਂ। ਅਤੇ ਜਿਨ੍ਹਾਂ ਬੰਦਿਆਂ ਨਾਲ ਸਾਡੀ ਨਹੀਂ ਬਣਦੀ ਉਹਨਾਂ ਦੇ ਦਰਵਾਜ਼ੇ ਅੱਗੇ ਵੀ ਉਹ ਦਿਨ ਅਸੀਂ ਝਾੜੂ ਲਾ ਦਿੰਦੇ। ਕਦੀ ਮਨ 'ਚ ਖਿਆਲ ਆਇਆ ਵੀ ਇਹਨਾਂ ਨਾਲ ਤਾਂ ਸਾਡੀ ਬਣਦੀ ਨਹੀਂ, ਅੱਜ ਸਫਾਈ ਅਸੀਂ ਇਹਨਾਂ ਦੇ ਦਰਵਾਜ਼ੇ ਗਾੜੀ ਵੀ ਕਰ ਰਹੇ ਹਾਂ। ਜੇ ਨਗਰ ਕੀਰਤਨ ਦੇ ਵੇਲੇ ਅਸੀਂ ਸਫਾਈ ਕਰਦੇ, ਹੁਣ ਦੱਸੋ ਸਰੂਪ ਲੰਘਣ ਕਰਕੇ ਅਸੀਂ ਸਫਾਈ ਕਰਤੀ, ਇਹ 'ਚ ਮਹਾਰਾਜ ਦਾ ਸਵਾਰਿਆ ਕੁਝ ਅਸੀਂ? ਬੋਲੋ, ਗੁਰੂ ਗ੍ਰੰਥ ਸਾਹਿਬ ਦਾ ਕੁਝ ਸਵਾਰਿਆ? ਉਹਦੇ ਬਹਾਨੇ ਅਸੀਂ ਗਲੀਆਂ ਸਾਫ਼ ਕਰਤੀਆਂ। ਹੁਣ ਕਈ ਵਾਰੀ ਜਦੋਂ ਆਪਾਂ ਮਹਾਰਾਜ ਸਰੂਪ ਆਪਣੇ ਘਰ ਲੈ ਕੇ ਜਾਂਦੇ ਹਾਂ,
ਉਹਦੇ ਬਾਨੇ ਤੁਸੀਂ ਵੇਖਿਆ ਆਪਣੇ ਘਰਾਂ ਨੂੰ ਰੰਗ ਕਰਾ ਲੈਂਦੇ ਹਾਂ, ਘਰ ਸਾਫ਼ ਸੁਥਰੇ ਕਰ ਲੈਂਦੇ ਹਾਂ। ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਉਣ ਕਰਕੇ ਅਸੀਂ ਆਪਣੇ ਘਰ ਦੀ ਸਫਾਈ ਕੀਤੀ। ਅਸੀਂ ਗੁਰੂ ਸਾਹਿਬ ਦਾ ਤਾਂ ਕੁਝ ਨਹੀਂ ਸਵਾਰਿਆ, ਉਹਦੇ ਬਾਨੇ ਸਫਾਈ ਤਾਂ ਅਸੀਂ ਆਪਣੇ ਘਰ ਦੀ ਕੀਤੀ ਹੈ। ਇੱਦਾਂ ਹੀ ਗੁਰਬਾਣੀ ਪੜ੍ਹ ਕੇ, ਪਾਠ ਕਰਕੇ, ਬਾਣੀ ਨੂੰ ਸਮਝ ਕੇ ਅਸੀਂ ਆਪਣੇ ਆਪ ਨੂੰ ਸਵਾਰਨਾ ਹੈ। ਅਸੀਂ ਮਾਲਕ ਦਾ ਕੋਈ ਵੀ ਭਲਾ ਨਹੀਂ ਕਰ ਰਹੇ। ਤੁਧ ਨੂੰ ਸੇਵੈ ਤੁਝ ਕਿਆ ਦੇਵੈ। ਜੇ ਅਸੀਂ ਤੈਨੂੰ ਸੇਵਦੇ ਹਾਂ, ਜੇ ਤੇਰੇ ਗੁਣ ਗਾਉਂਦੇ ਹਾਂ, ਤਾਂ ਇਹਦੇ ਵਿੱਚੋਂ ਅਸੀਂ ਤੈਨੂੰ ਕੀ ਦੇ ਰਹੇ ਹਾਂ? ਉਲਟਾ ਕੀ ਕਰਦੇ ਹਾਂ? ਮੰਗ ਹੈ, ਪੜ੍ਹ ਕੇ ਬਾਣੀ 'ਤੇ ਮੰਗਦੇ ਹਾਂ। ਕੀ ਮੰਗਦੇ ਹਾਂ? ਪਦਾਰਥ ਮੰਗੀ ਜਾਂਦੇ ਹਾਂ, ਸਵਾਰਦੇ ਕੁਝ ਨਹੀਂ ਆ। ਉਲਟਾ ਕੀ ਕਹਿੰਦੇ ਆ? ਮੈਨੂੰ ਆਹ ਦੇ ਦੇ, ਮੈਨੂੰ ਆਹ ਦੇ। ਉਲਟਾ ਕੀ ਕਰਦੇ ਹਾਂ? ਤੁਧ ਨੂੰ ਸੇਵੈ ਤੁਝ ਕਿਆ ਦੇਵੈ, ਮੰਗ ਹੈ ਲੇਵੈ ਰਹੇ ਨਾਹੀਂ। ਮੰਗਣ ਤੋਂ ਅਸੀਂ ਰਹਿ ਨਹੀਂ ਸਕਦੇ, ਅਸੀਂ ਥੋੜ੍ਹੀ ਜਿਹੀ ਬਣ। ਹੁਣ ਤੁਸੀਂ ਵੇਖਿਓ, ਕਈਆਂ ਨੂੰ ਬਾਬਿਆਂ ਨੇ ਸ਼ਬਦ ਦਿੱਤੇ ਹੁੰਦੇ ਆ, ਆਹ ਸ਼ਬਦ ਪੜ੍ਹੋਗੇ ਤੁਹਾਡੇ ਘਰ ਪੁੱਤਰ ਹੋਏਗਾ, ਆਹ ਸ਼ਬਦ ਪੜ੍ਹੋਗੇ ਤੁਹਾਡਾ ਕਾਰੋਬਾਰ ਚੱਲੇਗਾ। ਕਈਆਂ ਨੇ ਆਪਣੇ ਗੱਲਿਆਂ ਦੇ ਸਾਹਮਣੇ ਸ਼ਬਦ ਲਿਖ ਕੇ ਲਾਇਆ ਹੁੰਦਾ ਵੀ ਇਹਦੇ ਨਾਲ ਮਾਇਆ ਵਧੇਗੀ। ਕਈਆਂ ਨੇ ਆਪਣੀਆਂ ਰਸੋਈਆਂ 'ਚ, ਕਿਚਨ ਦੇ ਵਿੱਚ ਇੱਦਾਂ ਸ਼ਬਦ ਲਿਖ ਕੇ ਲਾਇਆ ਵੀ ਸ਼ਾਇਦ ਇਹਦੇ ਨਾਲ ਸਾਡੀ ਭੜੋਲੀ 'ਚੋਂ ਕਦੀ ਆਟਾ ਮੁੱਕਣਾ ਹੀ ਨਹੀਂ, ਇਹ 'ਚੋਂ ਕਦੀ ਖੰਡ ਸਾਨੂੰ ਬਾਜ਼ਾਰੋਂ ਲਿਆਉਣ ਦੀ ਲੋੜ ਪੈਣੀ ਨਹੀਂ। ਗੁਰਬਾਣੀ ਦੇ ਸ਼ਬਦ ਸਾਨੂੰ ਜ਼ਿੰਦਗੀ ਜੂਣਾ ਸਿਖਾਉਂਦੇ ਸੀ, ਪਰ ਅਸੀਂ ਲਿਆ ਕੇ ਸ਼ਬਦਾਂ ਨੂੰ ਪਦਾਰਥਾਂ ਦੇ ਉੱਤੇ ਖੜਾ ਕਰਤਾ। ਇਸੇ ਕਰਕੇ ਡੇਰੇਦਾਰੀ ਸੋਚ ਨੇ ਦੁੱਖ ਭੰਜਨੀ ਨਾਂ ਦੇ ਗੁਟਕੇ ਤਿਆਰ ਕੀਤੇ। ਤੁਹਾਡੇ ਵਿੱਚੋਂ ਕਈ ਬਾਣੀ ਪੜ੍ਹਨ ਵਾਲੇ ਬੈਠੇ ਹੋਣੇ ਨੇ, ਦੁੱਖ ਭੰਜਨ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ 'ਚ ਕੋਈ ਬਾਣੀ ਹੈਗੀ ਹੈ ਜੀ? ਭਲਾ ਤੁਹਾਡੇ 'ਚੋਂ ਕਈਆਂ ਭੈਣਾਂ ਵੀਰਾਂ ਨੇ ਸਹਿਜ ਪਾਠ ਕੀਤਾ ਹੋਣਾ, ਜਿੱਦਾਂ ਜੈਸਰੀ ਕੀ ਵਾਰ ਹੈ, ਸੂਹੀ ਕੀ ਵਾਰ ਹੈ, ਬਸੰਤ ਕੀ ਵਾਰ ਹੈ, ਇੱਦਾਂ ਆਸਾ ਕੀ ਵਾਰ ਹੈ। ਕਿਤੇ ਗੁਰੂ ਗ੍ਰੰਥ ਸਾਹਿਬ 'ਚ ਦੁੱਖ ਭੰਜਣੀ ਸਿਰਲੇਖ ਹੇਠ ਵੀ ਕੋਈ ਬਾਣੀ ਹੈਗੀ? ਬੋਲ ਕੇ ਦੱਸੋ ਪਿਆਰਿਓ, ਨਹੀਂ ਹੈਗੀ। ਫਿਰ ਕਿੱਥੋਂ ਆਈ? ਡੇਰੇਦਾਰ ਬੰਦਿਆਂ ਨੂੰ ਪਤਾ ਸੀ, ਸੰਪਰਦਾਈ ਬੰਦਿਆਂ ਨੂੰ ਪਤਾ ਸੀ, ਉਹਨਾਂ ਦੁੱਖ ਦੀ ਰਗ ਸਾਡੀ ਵੇਖ ਲਈ ਵੀ ਆਹ ਰਗ ਦੁੱਖ ਦੀ ਹੈ, ਵੀ ਇਹ ਇਹਨਾਂ ਦੇ ਘਰ ਔਲਾਦ ਨਹੀਂ ਹੁੰਦੀ, ਦੁਖੀ ਹੈ, ਇਹਨਾਂ ਦੇ ਕਾਰੋਬਾਰ ਨਹੀਂ ਚੱਲਦੇ, ਘਰਾਂ 'ਚ ਦੁੱਖ ਕਲੇਸ਼ ਰਹਿੰਦਾ। ਉਹ ਵੱਖ ਵੱਖ ਸ਼ਬਦ ਚੁਣ ਕੇ ਅਤੇ ਇੱਕ ਪੋਥੀ ਵਿੱਚ ਗੁਟਕੇ ਵਿੱਚ ਬਾਣੀ ਬਣਾ ਕੇ ਉਹਦੇ 'ਤੇ ਲਿਖਦਾ, ਦੁੱਖ ਭੰਜਣੀ ਬਾਣੀ ਦਾ ਨਾਮ ਦੇ ਦਿੱਤਾ ਵੀ ਆਹ ਬਾਣੀ ਪੜ੍ਹੋਗੇ ਇਹਦੇ ਨਾਲ ਤੁਹਾਡੇ ਦੁੱਖ ਦੂਰ। ਅਸਟਾਲ ਲੱਗਿਆ ਨਾ ਬਾਹਰ ਵੀਰਾਂ ਦਾ, ਸਾਡੇ ਕੋਲ ਮੈਨੂੰ ਯਾਦ ਹੈ ਦਸ ਕੁ ਦਿਨ ਪਹਿਲਾਂ ਦੀ ਗੱਲ ਹੈ, ਕਿਸੇ ਪਿੰਡ ਅਸੀਂ ਸਮਾਗਮ 'ਤੇ ਗਏ ਅਤੇ ਕੁਝ ਭੈਣਾਂ ਆਣ ਕੇ ਸਾਡੇ ਕੋਲ ਸਟਾਲ 'ਤੇ ਪਤਾ ਕੀ ਪੁੱਛ ਰਹੇ ਸੀ? ਦੁੱਖ ਭੰਜਣੀ ਦੇ ਨਹੀਂ ਗੁਟਕੇ ਹੈਗੇ ਜੀ। ਉਹਨਾਂ ਨੇ ਇਹ ਨਹੀਂ ਪੁੱਛਿਆ ਵੀ ਪੋਥੀਆਂ ਹੈਗੀਆਂ ਸਹਿਜ ਪਾਠ ਆਰੰਭ ਕਰਨ। ਹੁਣ ਇਹ ਤੋਂ ਸਮਝ ਆ ਰਹੀ ਹੈ ਵੀ ਇਹ ਦੁੱਖਾਂ ਤੋਂ ਵਿਚਾਰੀਆਂ ਪੀੜਿਤ ਨੇ ਅਤੇ ਸ਼ਬਦ ਲਾ। ਜੇ ਸਟਾਲ ਬਾਬਿਆਂ ਲਾਇਆ ਹੁੰਦਾ, ਉਹਨਾਂ ਦੇ ਦੇਣਾ ਸੀ ਸ਼ਬਦ ਵੀ ਭੈਣੋ ਆਹ ਸ਼ਬਦ ਪੜ੍ਹੋ, ਇਹਦਾ ਫਲ ਆਹ ਹੈ ਅਤੇ ਇਹਦਾ ਫਲ ਆਹ। ਵਿਪਰਵਾਹ ਤਾਂ ਸਾਡੇ ਡੇਰਿਆਂ 'ਚ ਪ੍ਰਵੇਸ਼ ਕਰ ਚੁੱਕਾ ਹੈ ਅਤੇ ਗੁੱਸਾ ਨਾ ਮਨਾਇਓ। ਸਭ ਤੋਂ ਵੱਡਾ ਕਸੂਰ ਉਹਨਾਂ ਦਾ ਜਿਹੜੇ ਗੁਰਦੁਆਰਿਆਂ ਵਿੱਚ ਵੀ ਐਸੀਆਂ ਪੋਥੀਆਂ ਗੁੱਟ ਕੇ ਰੱਖ ਕੇ ਬੈਠੇ ਆ। ਤੁਸੀਂ ਵੇਖਿਆ ਹੋਏਗਾ ਕਈਆਂ ਗੁਰਦੁਆਰਿਆਂ ਵਿੱਚ ਨਾ ਉੱਤੇ ਲਿਖਿਆ ਹੁੰਦਾ ਸੁਖਮਨੀ ਸਾਹਿਬ ਦੇ ਗੁਟਕੇ ਇੱਥੇ ਪਏ ਆ, ਆਸਾ ਕੀ ਵਾਰ ਦੀਆਂ ਪੋਥੀਆਂ ਇੱਥੇ ਪਈਆਂ, ਨਿਤਨੇਮ ਦੇ ਗੁਟਕੇ ਬੋਲੀ ਜਾਓ ਹੁਣ ਇੱਥੇ ਪਏ ਨੇ, ਅਤੇ ਨਾਲ ਵੀ ਲਿਖਿਆ ਹੁੰਦਾ ਦੁੱਖ ਭੰਜਣੀ ਦੇ ਗੁਟਕੇ ਵੀ। ਇਹਦਾ ਅਰਥ ਕਈ ਗੁਰਦੁਆਰੇ ਵੀ ਡੇਰੇਦਾਰੀ ਵਾਲੀ ਪੂਰਤੀ ਕਰ ਰਹੇ ਨੇ। ਜਦੋਂ ਤੁਸੀਂ ਰੱਖੋਗੇ ਦਿਮਾਗ 'ਚ ਆਏਗਾ, ਕੁਦਰਤੀ ਗੱਲ ਹੈ। ਜਦੋਂ ਤੁਸੀਂ ਸਮਝਾਓਗੇ, ਹੁਣ ਕਈ ਕਹਿਣਗੇ ਪੜ੍ਹਦੇ ਤਾਂ ਬਾਣੀ ਆ ਨਾ, ਗੱਲ ਬਾਣੀ ਦੀ ਨਹੀਂ, ਗੱਲ ਹੈ ਵੀ ਬਾਣੀ ਪਿੱਛੇ ਮਨੋਰਥ ਕੀ ਆ। ਮੰਨ ਲਓ ਹੁਣ ਇੱਕ ਭੈਣ ਨੂੰ ਕਹਿਤਾ 40 ਦਿਨ ਸ਼ਬਦ ਪੜ੍ਹੀ ਤੇਰੇ ਘਰ ਪੁੱਤਰ ਹੋਊ, ਅਤੇ ਜੇ ਨਾ ਹੋਇਆ ਤਾਂ ਫਿਰ ਬਾਣੀ ਪੜ੍ਹੂ? ਉਹਨੇ ਅੱਗੇ ਕਹਿਣਾ ਰੱਬ ਨੇ ਮੇਰੀ ਸੁਣੀ ਨਹੀਂ, ਇੰਨੀ ਮੈਂ ਬਾਣੀ ਪੜ੍ਹੀ। ਤਾਂ ਜਦੋਂ ਸਾਰਾ ਕੁਝ ਕਰਨ ਤੋਂ ਬਾਅਦ ਫਿਰ ਸਾਧ ਬਾਬਿਆਂ ਪਤਾ ਕਹਿਣਾ, ਤੁਸੀਂ ਮਰਿਆਦਾ ਨਹੀਂ ਨਿਭਾਈ ਹੋਣੀ, ਤੁਹਾਡੇ ਘਰ 'ਚ ਕੋਈ ਖਾ ਪੀ ਕੇ ਆ ਗਿਆ ਹੋਣਾ। ਇੱਦਾਂ ਦੇ ਵਹਿਮ ਪਾਉਣੇ ਵੀ ਪਾਠ ਕਰਨ ਲੱਗਿਆਂ ਲਾਗੇ ਪਾਣੀ ਰੱਖਣਾ ਅਤੇ ਬਾਅਦ ਦੇ ਵਿੱਚ ਉਹ ਪਾਣੀ ਸਾਰੇ ਘਰ 'ਚ ਛੱਟਾ ਦੇਣਾ। ਇੱਦਾਂ ਦੀਆਂ ਮਨੌਤਾਂ ਸਮਾਜ ਵਿੱਚ ਰੱਖੀਆਂ ਜਾਣਗੀਆਂ ਅਤੇ ਸਮਾਜ ਵਿੱਚ ਵਹਿਮ ਫੈਲਣਗੇ। ਬਾਣੀ ਸਾਡਾ ਸੁਭਾਅ ਚੇਂਜ ਕਰਨ ਵਾਸਤੇ ਹੈ। ਜਦੋਂ ਸਾਡਾ ਸੁਭਾਅ ਬਦਲ ਗਿਆ, ਫਿਰ ਚੀਜ਼ ਕੋਈ ਆ ਗਈ, ਕੋਈ ਚੀਜ਼ ਚਲੇਗੀ, ਇਹਦੇ ਨਾਲ ਸਾਡੀ ਜ਼ਿੰਦਗੀ 'ਚ ਕੋਈ ਫਰਕ ਨਹੀਂ ਪੈਣਾ। ਤੋ ਪਾਤਸ਼ਾਹ ਕਹਿੰਦੇ ਤੁਧ ਨੂੰ ਸੇਵੈ ਤੁਝ ਕਿਆ ਦੇਵੈ, ਮੰਗ ਹੈ ਲੇਵੈ ਰਹੇ ਨਾਹੀਂ, ਤੂੰ ਦਾਤਾ ਜੀਆਂ। ਸਾਰੇ ਪੜ੍ਹੋ, ਤੂੰ ਦਾਤਾ ਜੀਆਂ ਸਭਨਾ ਕਾ, ਤੁਸੀਂ ਦਾਤੇ ਹੋ ਸਾਰਿਆਂ ਜੀਵਾਂ ਦੇ। ਕਾਹਦੇ ਦਾਤੇ? ਗੁਣਾਂ ਦੇ। ਤੂੰ ਦਾਤਾ ਜੀਆਂ ਸਭਨਾ ਕਾ, ਜੀਆਂ ਅੰਦਰ ਜੀਓ ਤੁਸੀਂ ਹਰ ਇੱਕ ਬੰਦੇ ਦੇ ਅੰਦਰ। ਮਹਾਰਾਜ ਤੁਸੀਂ ਗੁਣਾਂ ਦੁਆਰਾ ਇੱਕ ਨਵੀਂ ਜਿੰਦ ਫੂਕਦੇ ਹੋ, ਜੀਆਂ ਅੰਦਰ
ਜੀਓ ਤੁਸੀਂ, ਤੂੰ ਸਮਰੱਥ ਅਕਥ ਅਗੋਚਰ, ਜੀਓ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁੱਖ ਪਾਇਆ, ਸਦਾ ਨਾਨਕ ਕੀ ਅਰਦਾਸ। ਤੋ ਅੱਗੇ ਪਾਤਸ਼ਾਹ ਕਹਿੰਦੇ ਗੁਰਮੁਖ ਧਿਆ ਵੈ, ਗੁਰਮੁਖ ਦੇ ਖੱਖੇ ਨੂੰ ਸਿਹਾਰੀ ਹੈ, ਜਿਹਦਾ ਅਰਥ ਹੈ ਗੁਰੂ ਦੇ ਰਾਹੀਂ ਜਿਹੜੇ ਉਹਨੂੰ ਯਾਦ ਕਰਦੇ ਆ, ਸੇ ਅੰਮ੍ਰਿਤ ਪਾਵੈ, ਉਹ ਆਤਮਿਕ ਜੀਵਨ ਪ੍ਰਾਪਤ ਕਰ ਲੈਂਦੇ ਆ, ਸੇ ਸੁੱਚੇ ਹੋਈ, ਉਹ ਵਧੀਆ ਜੀਵਨ ਵਾਲੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਨੇ। ਐਨਸ ਨਾਮ ਜਪੋ ਰੇ ਪ੍ਰਾਣੀ, ਇਹ ਨਿਸ ਦਿਨ ਅਤੇ ਰਾਤ ਉਹਦੇ ਗੁਣਾਂ ਨੂੰ ਜ਼ਿੰਦਗੀ 'ਚ ਵਸਾਓ, ਚੰਗਾ ਸੁਭਾਅ ਲੈ ਕੇ ਜ਼ਿੰਦਗੀ ਜੀਉ। ਐਨਸ ਨਾਮ ਜਪੋ ਰੇ ਪ੍ਰਾਣੀ, ਮੈਲੇ ਹੱਛੇ ਹੋਈ, ਫਿਰ ਮੈਲੇ ਜੀਵਨ ਵਾਲੇ ਵੀ ਹੱਛੇ ਹੋ ਜਾਣਗੇ, ਮੈਲੇ ਸੁਭਾਅ ਵਾਲੇ ਵੀ ਚੰਗੇ ਸੁਭਾਅ ਵਾਲੇ ਬਣ ਜਾਣਗੇ। ਮੈਲੇ ਹੱਛੇ ਹੋਈ, ਜੇਹੀ ਰੁੱਤ ਕਾਇਆ ਸੁੱਖ ਤੇਹਾ। ਹੁਣ ਤੁਸੀਂ ਵੇਖੋ, ਬਾਹਰ ਗਰਮੀ ਦੀ ਰੁੱਤ ਹੈ, ਉਹਦਾ ਅਸਰ ਸਾਡੇ ਤਨ 'ਤੇ ਪੈਂਦਾ ਹੈ ਨਾ, ਸਾਨੂੰ ਪੱਖਾ ਚਾਹੀਦਾ, ਏਅਰ ਕੰਡੀਸ਼ਨ ਚਾਹੀਦਾ। ਸਰਦੀ ਆਉਂਦੀ ਹੈ, ਫਿਰ ਸਾਨੂੰ ਗਰਮ ਕੱਪੜੇ ਚਾਹੀਦੇ ਨੇ। ਜ਼ਿਆਦੀ ਗਰਮ ਠੰਡ ਪੈਂਦੀ ਹੋਵੇ ਤਾਂ ਘਰਾਂ 'ਚ ਹੀਟਰ ਵੀ ਕਈ ਲਾਉਂਦੇ ਨੇ। ਇਹਦਾ ਅਰਥ ਬਾਹਰ ਦੇ ਰੁੱਤ ਨਾਲ ਸਾਡੇ ਤਨ 'ਤੇ ਫਰਕ ਪੈਂਦਾ ਹੈ ਨਾ, ਤਨ ਬਾਹਰ ਦੀ ਰੁੱਤ ਦਾ ਅਸਰ ਕਬੂਲਦਾ ਹੈ ਨਾ, ਇਹ ਤਾਂ ਸੀ ਰੁੱਤ ਬਾਹਰ ਦੀ। ਇੱਥੇ ਪਾਤਸ਼ਾਹ ਕਹਿੰਦੇ ਜਿਹੀ ਰੁੱਤ ਕਾਇਆ ਸੁੱਖ ਤੇਹਾ, ਬਾਹਰ ਦੀ ਰੁੱਤ 'ਤੇ ਆਪਾਂ ਬਦਲ ਨਹੀਂ ਸਕਦੇ, ਵਕਤੀ ਤੌਰ 'ਤੇ ਬਦਲ ਸਕਦੇ ਹਾਂ ਵੀ ਬਾਹਰ ਬਾਹਰ ਗਰਮੀ ਹੈ, ਅੰਦਰ ਅਸੀਂ ਏਅਰ ਕੰਡੀਸ਼ਨ 'ਚ ਬੈਠੇ ਹਾਂ, ਠੀਕ ਹੈ, ਪਰ ਫਿਰ ਬਾਹਰ ਜਾਵਾਂਗੇ, ਬਾਹਰ ਦੀ ਰੁੱਤ ਤਾਂ ਉਹੀ ਹੈ ਨਾ, ਬਾਹਰ ਤਾਂ ਗਰਮੀ ਵਾਲੀ ਰੁੱਤ ਹੀ ਹੈ ਨਾ, ਉਹ ਤਾਂ ਨਹੀਂ ਬਦਲ ਸਕਦੇ ਆਪਾਂ। ਵਕਤੀ ਤੌਰ 'ਤੇ ਅਸੀਂ ਗਰਮੀ ਵਿੱਚ ਠੰਡ ਵਾਲਾ ਅਹਿਸਾਸ ਕਰ ਸਕਦੇ ਹਾਂ, ਅਤੇ ਅੱਤ ਦੀ ਸਰਦੀ ਵਿੱਚ ਨੋਰਮਲ ਟੈਂਪਰੇਚਰ ਵਾਲਾ ਅਸੀਂ ਅਹਿਸਾਸ ਪਾਲ ਸਕਦੇ ਹਾਂ, ਪਰ ਅਸੀਂ ਰੁੱਤ ਬਦਲਣ ਵਿੱਚ ਤਾਂ ਨਹੀਂ ਕਾਮਯਾਬ ਨਾ, ਰੁੱਤ ਥੋੜ੍ਹਾ ਬਦਲ ਸਕਦੇ ਹਾਂ। ਪਰ ਜਿਹੜੀ ਬੰਦੇ ਦੇ ਅੰਦਰ ਰੁੱਤ ਹੈ, ਜਿਹੀ ਰੁੱਤ ਕਾਇਆ ਸੁੱਖ ਤੇ ਆ, ਦੋ ਕਿਸਮ ਦੀ ਰੁੱਤ ਹੈ, ਇੱਕ ਹੈ ਸੱਚ ਨਾਲ ਜੁੜ ਕੇ ਚੰਗਾ ਜੀਵਨ ਜਿਉਣ ਵਾਲੀ ਰੁੱਤ, ਇੱਕ ਸੱਚ ਨਾਲੋਂ ਟੁੱਟ ਕੇ ਝੂਠ ਦਾ ਪ੍ਰਭਾਵ ਆਪਣੀ ਸੁਰਤ ਵਿੱਚ ਲੈ ਕੇ ਸੱਚ ਨਾਲੋਂ ਟੁੱਟ ਕੇ ਜ਼ਿੰਦਗੀ ਜਿਉਣ ਵਾਲੀ ਰੁੱਤ। ਜਿੱਦਾਂ ਦੇ ਗੁਣਾਂ ਨਾਲ, ਜਿੱਦਾਂ ਦੇ ਜੀਵਨ ਨਾਲ ਅਸੀਂ ਆਪਣਾ ਜੀਵਨ ਜੋੜਨ ਦਾ, ਜਿਹੀ ਰੁੱਤ ਜਿੱਦਾਂ ਦੀ ਰੁੱਤ ਨਾਲ ਸਾਡਾ ਵਾਹ ਪਵੇਗਾ, ਉੱਦਾਂ ਦਾ ਅਸਰ ਸਾਡੇ ਮਨ 'ਤੇ ਅਤੇ ਨਾਲ ਤਨ 'ਤੇ ਪਵੇਗਾ। ਜਿਹੀ ਰੁੱਤ ਕਿਹੜੀ ਰੁੱਤ? ਇੱਕ ਰੁੱਤ ਹੈ ਪਰਮਾਤਮਾ ਦੇ ਨਾਮ ਜਪਣ ਵਾਲੀ, ਇੱਕ ਰੁੱਤ ਹੈ ਝੂਠ ਦੇ ਆਧਾਰ ਜੀਵਨ ਜਿਉਣ ਵਾਲੀ। ਹੁਣ ਜੇ ਰੁੱਤ ਹੈਗੀ ਹੈ ਸੱਚੇ ਨਾਮ ਵਾਲੀ, ਉਹੋ ਜਿਹਾ ਅਸਰ ਸਾਡੇ ਤਨ 'ਤੇ ਪਵੇਗਾ, ਤਨ ਨਾਲੋਂ ਪਹਿਲਾਂ ਸਾਡੇ ਮਨ 'ਤੇ ਪਵੇਗਾ। ਅਤੇ ਜੇ ਬੇਈਮਾਨੀ ਝੂਠ ਵਾਲੀ ਰੁੱਤ ਹੈ, ਉਹੋ ਜਿਹਾ ਅਸਰ ਹੀ ਸਾਡੇ ਮਨ 'ਤੇ ਪਵੇਗਾ, ਉਹ ਅਸਰ ਸਾਡੇ ਤਨ 'ਤੇ ਪਵੇਗਾ। ਜਿਹੀ ਰੁੱਤ ਕਾਇਆ ਸੁੱਖ ਤੇਹਾ, ਅਤੇ ਅੱਗੇ ਕਹਿੰਦੇ ਤੇਹੋ ਜਿਹੀ ਦੇਹੀ, ਉੱਦਾਂ ਦੀ ਦੇਹ ਬਣ ਜੂ ਸਾਡੀ, ਕਿਉਂਕਿ ਕੋਈ ਬੰਦਾ ਜੰਮਦਾ ਨਾ ਧਰਮੀ ਹੈ ਅਤੇ ਨਾ ਜੰਮਦਾ ਅਧਰਮੀ ਹੈ, ਉਹਦੇ ਕਰਮ ਉਹਦੀਆਂ ਆਦਤਾਂ ਉਹਨੂੰ ਧਰਮੀ ਬਣਾਉਂਦੀਆਂ ਨੇ, ਉਹਦੇ ਕਰਮ ਉਹਦਾ ਸੁਭਾਅ ਉਹਨੂੰ ਅਧਰਮੀ ਬਣਾਉਂਦਾ। ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਣੇ ਪਾਪੀ ਜਾਣੀਏ। ਜਿੱਦਾਂ ਦੇ ਬੰਦਾ ਕਰਮ ਕਰਦਾ ਉੱਦਾਂ ਦਾ ਉਹਦਾ ਨਾਂ ਪੱਕ ਜਾਂਦਾ। ਤਾਂ ਗੁਰਦੇਵ ਜੀ ਇੱਥੇ ਕਹਿੰਦੇ ਜਿਹੀ ਰੁੱਤ ਕਾਇਆ ਸੁੱਖ ਤੇਹਾ, ਤੇਹੋ ਜਿਹੀ ਦੇਹੀ, ਨਾਨਕ ਰੁੱਤ ਸੁਹਾਵਈ ਸਾਈ। ਹੇ ਨਾਨਕ, ਉਹੋ ਹੀ ਰੁੱਤ ਖੂਬਸੂਰਤ ਅਤੇ ਸੋਹਣੀ ਹੈ, ਬਿਨ ਨਾਵੇਂ ਰੁੱਤ ਕਿਹੀ, ਜਿਹੜੀ ਰੁੱਤ ਵਿੱਚ ਬੰਦਾ ਸੱਚ ਨਾਲ ਜੁੜ ਜਾਏ, ਸੱਚ ਦੀ ਵਿਚਾਰ ਦਾ ਆਦੀ ਹੋ ਕੇ ਆਪਣੀ ਜ਼ਿੰਦਗੀ ਦੇ ਉੱਤੇ ਉਹ ਜੀਵਨ ਲੈਵੇ। ਹੁਣ ਧਿਆਨ ਨਾਲ ਸੁਣਿਓ, ਬਸੰਤ ਕੀ ਵਾਰ ਆਪਾਂ ਪੜ੍ਹਦੇ ਹਾਂ ਉਹ 'ਚ ਕੀ ਲਿਖਿਆ, ਹਰ ਕਾ ਨਾਮ ਧਿਆਏ ਕਹਿ, ਪੜ੍ਹੋ ਅੱਗੇ, ਹਰ ਕਾ ਨਾਮ ਹੋ। ਹੁਣ ਅੱਜ ਤੱਕ ਆਪਾਂ ਇੱਥੇ ਲਿਖਿਆ ਜਿਹੜਾ ਰੱਬ ਦਾ ਨਾਮ ਧਿਆਉਂਦਾ ਉਹ ਹਰਿਆ ਭਾਈ, ਕਿਸੇ ਬੰਦੇ ਦਾ ਰੰਗ ਤੁਸੀਂ ਹਰਿਆ ਹੁੰਦਾ ਵੇ ਕਿਹੜਾ ਨਾਮ ਜਪਦਾ ਹੋਵੇ। ਹੁਣ ਮੰਨ ਲਓ ਇੱਕ ਬੰਦਾ ਕਹਿੰਦਾ ਜੀ ਮੈਂ ਬਹੁਤ ਪਰਮਾਤਮਾ ਦਾ ਨਾਮ ਜਪਦਾ, ਅਤੇ ਤੁਸੀਂ ਨਾਲ ਹੀ ਉਹਨੂੰ ਕਹੋ ਬਾਣੀ 'ਤੇ ਲਿਖਿਆ ਜਿਹੜਾ ਰੱਬ ਦਾ ਨਾਮ ਜਪਦਾ ਉਹ ਹਰਿਆ ਹੋ ਜਾਂਦਾ, ਤੇਰਾ ਰੰਗ ਤੇ ਅਜੇ ਹਰਿਆ ਹੋਇਆ ਹੀ ਨਹੀਂ। ਬਾਣੀ 'ਚ ਲਿਖਿਆ ਹਰ ਕਾ ਨਾਮ, ਪੜ੍ਹੋ, ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ, ਕੀ ਰੰਗ ਹਰਿਆ ਹੋ ਜਾਂਦਾ? ਨਹੀਂ, ਇਹਦਾ ਮਤਲਬ ਹੈ ਹਰੀ ਚੀਜ਼ ਉਹ ਹੁੰਦੀ ਹੈ ਜਿਹਦਾ ਸੰਬੰਧ ਧਰਤੀ ਨਾਲ ਜੁੜਿਆ ਹੁੰਦਾ। ਦਰਖਤ ਕਿਹੜਾ ਹਰਿਆ ਹੋਏਗਾ ਜਿਹਦਾ ਸੰਬੰਧ ਧਰਤੀ ਨਾਲ ਜੁੜਿਆ? ਪੱਤਾ ਕਿਹੜਾ ਹਰਿਆ ਹੋਏਗਾ ਜਿਹੜਾ ਦਰਖਤ ਨਾਲ ਜੁੜਿਆ? ਦਰਖਤ ਕਿਹੜਾ ਹਰਿਆ ਹੋਏਗਾ ਜਿਹਦੀਆਂ ਜੜ੍ਹਾਂ ਧਰਤੀ ਨਾਲ ਜੁੜੀਆਂ?
ਜਿਹਨੂੰ ਧਰਤੀ, ਤਾਂ ਹੀ ਗੁਰੂ ਰਾਮਦਾਸ ਜੀ ਨੇ ਆਖਿਆ ਸੀ ਨਾ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਕਿਹੜੀ ਧਰਤੀ? ਬਾਹਰ ਦੀ ਗੱਲ ਹੋ ਰਹੀ ਆ ਵੀ ਮਹਾਰਾਜ ਦਾ ਪ੍ਰਕਾਸ਼ ਕਰਤਾ, ਜਿੱਥੇ ਮਹਾਰਾਜ ਜੀ ਆਣ ਕੇ ਬਹਿ ਗਏ ਉਹ ਧਰਤੀ ਹਰੀ ਹੋ ਗਈ, ਉੱਥੇ ਪੱਥਰ ਲੱਗੇ ਨੇ, ਮਾਰਬਲ ਲੱਗੇ, ਟੈਲਾਂ ਲੱਗੀਆਂ ਨੇ। ਇੱਥੇ ਗੱਲ ਬੰਦੇ ਦੇ ਅੰਦਰ ਦੀ ਹੈ। ਉਹ ਹਿਰਦੇ ਦੀ ਧਰਤੀ ਜਿੱਥੇ ਗੁਰੂ ਦੀ ਸਿੱਖਿਆ ਆਣ ਕੇ ਵੱਸ ਗਈ, ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਸੇ ਜੰਤ ਭਏ ਹਰਿਆਵਲੇ। ਜੰਤ ਕਿਹੜੇ ਆ? ਸਾਡੇ ਕਰਮ ਇੰਦਰੇ, ਇਹ ਜੀਵ ਜੰਤੂ ਆ, ਇਹ ਵੀ ਹਰੇ ਹੋ ਗਏ। ਜਦੋਂ ਧਰਤੀ ਹਰੀ ਹੋ ਗਈ ਤਾਂ ਉਹ ਜੀਵ ਜੰਤੂ ਆਪਣੇ ਆਪ ਹੀ ਹਰੇ ਹੋਣੇ ਨੇ। ਸੇ ਜੰਤ ਭਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ, ਜਿਨ੍ਹਾਂ ਨੇ ਮੇਰਾ ਸਤਿਗੁਰ ਇੱਦਾਂ ਵੇਖ ਲਿਆ। ਆਪਾਂ ਰੋਜ਼ ਸੋਦਰ ਦੀ ਬਾਣੀ 'ਚ ਪੜ੍ਹਦੇ ਹਾਂ, ਮੇਰੇ ਮਾਧੋ ਜੀ, ਪੜ੍ਹੋ, ਮੇਰੇ ਮਾਧੋ ਜੀ ਸਤ ਸੰਗਤ ਮਿਲੈ ਗੁਰਪ੍ਰਸਾਦ ਸੂਕੇ। ਕਿੱਡਾ ਸੌਖਾ ਰਾਹ ਵੀ ਜੇ ਦਰਖਤ ਪੌਦਾ ਘਰ 'ਚ ਗਮਲੇ 'ਚ ਸੁੱਕਾ, ਉਹਦੇ ਪੱਤਿਆਂ ਨੂੰ ਪਾਣੀ ਲਾਉਣ ਦੀ ਲੋੜ ਨਹੀਂ, ਇੱਦਾਂ ਛੱਟੇ ਮਾਰਨ ਦੀ ਲੋੜ ਨਹੀਂ। ਉਹਦੇ ਗਮਲੇ 'ਚ ਅੱਧੀ ਬਾਲਟੀ ਪਾਣੀ ਦੀ ਭਰ ਕੇ ਪਾ ਦਿਓ, ਦਿਨ ਚੜ੍ਹਦੇ ਨੂੰ ਕਰੂੰਬਲੀਆਂ ਫੁੱਟ ਆਉਣੀਆਂ ਨੇ। ਅਤੇ ਅੱਜ ਬੰਦੇ ਦਾ ਮਨ ਕਿਉਂ ਮੁਰਝਾਇਆ, ਅੱਖਾਂ ਕਿਉਂ ਮੁਰਝਾਈਆਂ, ਮੱਥਾ ਕਿਉਂ ਮੁਰਝਾਇਆ? ਕਿਉਂਕਿ ਮਨ ਸਤ ਦੀ ਸੰਗਤ ਤੋਂ ਕੋਹਾਂ ਦੂਰ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ। ਤੋ ਸਾਧ ਸੰਗਤ, ਇਹ ਸਿੱਖੀ ਲਹਿਰ ਵੱਲੋਂ, ਵੈਸੇ ਤਾਂ ਸਾਡਾ ਇਸ ਸਾਲ ਦਾ ਜੋ ਪ੍ਰੋਗਰਾਮ ਸਿਰਫ ਕਸ਼ਮੀਰ ਸ਼੍ਰੀਨਗਰ ਦਾ ਸੀ, ਪਰ ਇਹ ਤਿੰਨ ਦੀਵਾਨ ਇਹਨਾਂ ਵੀਰਾਂ ਨੇ ਕਿਹਾ ਵੀ ਜਾਂਦਿਆਂ ਜਾਂਦਿਆਂ ਤੁਸੀਂ ਜ਼ਰੂਰ ਕਰ ਜਾਓ। ਤੋ ਇਹ ਤਿੰਨ ਦੀਵਾਨ ਰੱਖੇ ਗਏ ਸਨ ਤੁਹਾਡੇ ਇਸ ਸ਼ਹਿਰ ਦੇ ਵਿੱਚ। ਤੋ ਅੱਜ ਤੀਸਰੇ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਕੱਲ੍ਹ ਸਵੇਰੇ ਅਸੀਂ ਇੱਥੋਂ 4:30 ਵਜੇ ਜਿਹੜਾ ਹੈ ਉਹ ਸ਼੍ਰੀਨਗਰ ਨੂੰ ਚਲੇ ਜਾਣਾ ਹੈ। ਤੋ ਆਪਨੇ ਬੜੇ ਟਿਕਾ ਨਾਲ ਅੱਜ ਦੇ ਦੀਵਾਨ ਦੀ ਹਾਜ਼ਰੀ ਭਰੀ ਹੈ। ਸਾਧ ਸੰਗਤ, 550 ਸਾਲਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਜੋ ਇਸ ਸਾਲ ਸੰਗਤਾਂ ਮਨਾ ਰਹੀਆਂ ਨੇ, ਉਹਨੂੰ ਸਮਰਪਿਤ ਆਪਣੇ ਘਰਾਂ 'ਚ ਸਹਿਜ ਪਾਠ ਰੱਖੋ। ਭਾਵੇਂ ਅੱਧਾ ਅੰਕ ਰੋਜ਼ ਪੜ੍ਹੋ, ਭਾਵੇਂ 2 ਅੰਕ ਰੋਜ਼ ਪੜ੍ਹੋ, ਗੁਰਬਾਣੀ ਨੂੰ ਮੀਨਿੰਗ ਉਹਦੇ ਅਰਥਾਂ ਸਹਿਤ ਪੜ੍ਹੋ, ਆਪਣੇ ਬੱਚਿਆਂ ਨਾਲ ਗੁਰਬਾਣੀ ਦੀਆਂ ਗੱਲਾਂ ਸਾਂਝੀਆਂ ਕਰੋ। ਬਾਹਰ ਸਟਾਲ ਲੱਗਾ ਜਾਣ ਲੱਗਿਆਂ 1-2 ਕਿਤਾਬਾਂ ਆਪਣੇ ਘਰਾਂ ਲਈ ਲੈ ਕੇ ਜਾਓ, ਤਾਂ ਕਿ ਸਾਡੇ ਘਰਾਂ ਵਿੱਚ ਚੰਗਾ ਸਾਹਿਤ ਰੱਖਣ ਦੀ ਆਦਤ ਪੈ ਜਾਏ। ਅਸੀਂ ਅੱਜ ਹੀ ਗੱਲਾਂ ਕਰ ਰਹੇ ਸੀ ਕਿ ਜਿੰਨਾ ਲਿਟਰੇਚਰ ਅਸੀਂ ਗੱਡੀ 'ਚ ਲੈ ਕੇ ਜਾ ਰਹੇ ਹਾਂ ਸ਼੍ਰੀਨਗਰ, ਵੀ ਉੱਥੋਂ ਦੀ ਸੰਗਤ ਨੂੰ ਕਹਿਣਾ ਵੀ ਇਹ ਲਿਟਰੇਚਰ ਰੱਖ ਲਓ ਇੱਥੇ, ਕਿਉਂਕਿ ਵਾਰ ਵਾਰ ਕੁਦਰਤੀ ਗੱਲ ਹੈ, ਅਸੀਂ ਕੱਪੜੇ ਤਾਂ ਬਾਜ਼ਾਰੋਂ ਚੰਗੇ ਖਰੀਦ ਲੈਂਦੇ ਹਾਂ, ਜੇ ਘਰ 'ਚ ਚੰਗੇ TV LCD LED ਇਹ ਲੈ ਆਉਂਦੇ ਹਾਂ, ਮੋਬਾਈਲ ਚੰਗੇ ਲੈ ਆਉਂਦੇ ਹਾਂ, ਪਰ ਜਦੋਂ ਘਰ 'ਚ ਲਿਟਰੇਚਰ ਦੀ ਗੱਲ ਆਉਂਦੀ ਹੈ ਤਾਂ ਬਹੁਤ ਘੱਟ ਨੇ ਜਿਨ੍ਹਾਂ ਨੂੰ ਆਪਣੇ ਘਰਾਂ 'ਚ ਚੰਗੀਆਂ ਕਿਤਾਬਾਂ ਰੱਖਣ ਦਾ ਸ਼ੌਂਕ ਹੈ। ਤੋ ਕੋਸ਼ਿਸ਼ ਕਰੋ। ਵੈਸੇ ਤਾਂ ਹੁਣ ਤਾਂ ਵਿਦੇਸ਼ਾਂ 'ਚ ਵੀ ਹੌਲੀ ਹੌਲੀ ਕੰਮ ਸ਼ੁਰੂ ਹੋ ਗਿਆ, ਉਹ ਸਟਾਲ ਲਾਉਂਦੇ ਨੇ ਐਤਵਾਰ ਵਾਲੇ ਦਿਨ, ਜਿੱਥੇ ਜਿਹੜੀਆਂ ਜਿਹੜੀਆਂ ਕਮੇਟੀਆਂ ਨਾਲ ਸਾਡਾ ਸੰਪਰਕ ਹੁੰਦਾ, ਉਹਨਾਂ ਨੂੰ ਕਹੀਦਾ ਕਿ ਤੁਸੀਂ ਪੰਜਾਬ ਤੋਂ ਕਿਤਾਬਾਂ ਮੰਗਾਓ, ਅਤੇ ਐਤਵਾਰ ਵਾਲੇ ਦਿਨ ਬਾਹਰ ਸਟਾਲ ਲਾਓ, ਤਾਂ ਕਿ ਸੰਗਤਾਂ ਨੂੰ ਵੱਧ ਤੋਂ ਵੱਧ ਲਿਟਰੇਚਰ ਜਿਹੜਾ ਉਹ ਦਿੱਤਾ ਜਾਵੇ, ਸੰਗਤਾਂ ਘਰਾਂ 'ਚ ਪੜ੍ਹਨਗੀਆਂ, ਪੜ੍ਹਨ ਦੀ ਆਦਤ ਪਵੇ। ਜਿਵੇਂ ਜਾਣ ਲੱਗਿਆਂ ਸਿੱਖ ਰਾਜ ਕਿਵੇਂ ਬਣਿਆ, ਸਿੱਖ ਰਾਜ ਕਿਵੇਂ ਗਿਆ ਅਤੇ ਸਿੱਖ ਵੀ ਨਿਕਲਿਆ ਗਿਆ, ਜਾਣ ਲੱਗਿਆਂ ਇੱਕ ਅੱਧੀ ਕਿਤਾਬ ਜ਼ਰੂਰ ਲੈ ਕੇ ਜਾਓ, ਤਾਂ ਕਿ ਸਾਨੂੰ ਕਿਤਾਬਾਂ ਘਰਾਂ ਦੇ ਵਿੱਚ ਰੱਖਣ ਦੀ ਆਦਤ ਪਵੇ। ਮੈਗਜ਼ੀਨ ਸਾਡੇ ਘਰਾਂ 'ਚ ਆਉਣ, ਤਾਂ ਕਿ ਅਸੀਂ ਆਪਣੀ ਗੁਰੂ ਦੀ ਬਾਣੀ ਆਪਣੇ ਬੱਚਿਆਂ ਵਿੱਚ ਬੈਠ ਕੇ ਬੜੇ ਪਿਆਰ ਨਾਲ ਪੜ੍ਹ ਅਤੇ ਵਿਚਾਰ ਸਕੀਏ। ਤੋ ਸਾਧ ਸੰਗਤ, ਦੀਵਾਨ ਦੀ ਸਾਰੀ ਸਮਾਪਤੀ ਤੱਕ ਆਪਾਂ ਇੱਦਾਂ ਬੈਠੇ ਰਹਿਣਾ, ਕਿਸੇ ਨੇ ਉੱਠਣ ਦੀ ਕੋਸ਼ਿਸ਼ ਨਹੀਂ ਕਰਨੀ, ਕਿਉਂਕਿ ਕਈ ਵਾਰੀ ਅਸੀਂ ਬਹੁਤ ਕਾਹਲੇ ਪੈ ਜਾਂਦੇ ਵੀ ਜਦੋਂ ਕਥਾ ਸਮਾਪਤ ਹੋਈ ਦਵਾ ਦਵਾ ਉੱਠ ਕੇ ਤੁਰ ਪੈਣਾ। ਸਾਡਾ ਰੋਜ਼ ਦਾ ਤਜਰਬਾ, ਅਸੀਂ ਪਿੰਡਾਂ ਵਿੱਚ ਦੀਵਾਨ ਲਾਉਂਦੇ ਹਾਂ, ਅਜੇ ਉਹ ਸੰਗਤ ਟਰਾਲੀਆਂ 'ਤੇ ਬੱਸਾਂ 'ਤੇ ਆਪੋ ਆਪਣੇ ਸਾਧਾਂ 'ਤੇ ਪਿੰਡਾਂ 'ਚੋਂ ਦੂਰੋਂ ਆਉਂਦੀ ਹੈ, ਉੱਥੇ ਕਈ ਵਾਰੀ ਰਾਤ ਦੇ 11:11 ਸਾਨੂੰ ਵੱਜ ਜਾਂਦੇ ਆ, ਐਨ ਅਖੀਰ ਤੱਕ ਲੰਗਰ ਵਰਤਾਉਣ ਤੱਕ ਸੰਗਤ ਟਿਕਾ ਨਾਲ ਬੈਠੀ ਰਹਿੰਦੀ ਹੈ। ਅਤੇ ਇੱਥੇ ਤਾਂ ਮੇਰੇ ਖਿਆਲ ਤੁਹਾਨੂੰ ਵੱਧ ਤੋਂ ਵੱਧ ਸਫ਼ਰ ਕਿਸੇ ਦਾ 10 ਮਿੰਟਾਂ ਦਾ ਹੋਣਾ, ਕਿਸੇ ਦਾ 20 ਮਿੰਟਾਂ ਦਾ, ਅਤੇ ਕਿਸੇ ਦਾ 1.5 ਘੰਟੇ ਦਾ। ਅਤੇ ਦੂਜੀ ਬੇਨਤੀ ਇੱਕ ਹੋਰ ਆ, ਮੇਰੇ ਖਿਆਲ 'ਚ ਸਕੂਲਾਂ 'ਚ ਵੀ ਛੁੱਟੀ ਹੋਣੀ ਹੈ। ਬੋਲੋ ਭੈਣੋ, ਵੀ ਸਕੂਲ ਬੱਚੇ ਸਕੂਲ ਵੀ ਨਹੀਂ ਜਾਂਦੇ। ਸਵੇਰੇ ਸਾਨੂੰ ਥੋੜ੍ਹੀ ਜਿਹੀ ਸਮੱਸਿਆ ਆਈ ਸੀ, ਅਤੇ ਉੱਥੇ ਮੈਨੂੰ ਕਹਿਣਾ ਪਿਆ ਕਿ ਜਦੋਂ ਕਥਾ ਹੀ ਹੋ ਰਹੀ ਸੀ ਅਤੇ ਬੀਬੀਆਂ ਵਿੱਚੋਂ ਮਾਈਆਂ ਉੱਠ ਕੇ ਤੁਰ ਲੱਗ ਪਈਆਂ, ਤਾਂ ਫਿਰ ਕੁਦਰਤੀ ਗੱਲ ਹੈ, ਮਨ 'ਚ ਆਉਂਦਾ ਵੀ ਇੰਨੇ ਪਿਆਰ ਨਾਲ ਅਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਵਿਚਾਰਾਂ ਦੀ ਸਾਂਝ ਕਰ ਰਹੇ ਹਾਂ, ਤਾਂ ਸਾਡਾ ਫਰਜ਼ ਬਣਦਾ ਅਸੀਂ ਉਹਨਾਂ ਸਮਾਂ ਗੁਰੂ ਦੀ ਗੋਦ ਵਿੱਚ ਬੈਠਣ ਦਾ ਯਤਨ ਕਰੀਏ। ਵਿਆਹਾਂ ਸ਼ਾਦੀਆਂ 'ਤੇ ਰਾਤ 2-2 ਵਜੇ ਤੱਕ ਪਬਲਿਕ ਜਾਗਦੀ ਹੈ,
ਪਤਾ ਹੀ ਆਪਾਂ ਨੂੰ। ਮੇਰੇ ਖਿਆਲ 'ਚ ਨਾ ਲੜਕੇ ਦੀ ਮਾਂ ਨੂੰ ਨੀਂਦ ਆਉਂਦੀ ਹੈ ਅਤੇ ਨਾ ਲੜਕੇ ਦੇ ਪਾਪਾ ਜੀ ਨੂੰ ਉਦੋਂ ਰਾਤ ਨੀਂਦ ਆਉਂਦੀ ਹੈ, ਸਾਰੇ ਜਾਗ ਰਹੇ ਹੁੰਦੇ ਆ। ਅਤੇ ਮੇਰੇ ਖਿਆਲ ਡੀਜੇ ਜਿੰਨੇ ਕੁ ਵਜੇ ਆਪਾਂ ਘਰ ਚਲ ਜਾਣਾ, ਇੰਨੇ ਕੁ ਵਜੇ ਤਾਂ ਨੱਚਣ ਦਾ ਕੰਮ ਸ਼ੁਰੂ ਕੀਤਾ ਜਾਂਦਾ, ਉਦੋਂ ਨੀਂਦ ਕਿਸੇ ਨੂੰ ਨਹੀਂ ਆਉਂਦੀ, ਸੱਚੀ ਗੱਲ ਹੈ। ਅਤੇ ਆਹ ਸਮਾਗਮ ਵੇਲੇ ਕਈ ਘੜੀਆਂ ਵੇਖੀ ਜਾਣਗੇ ਵੀ ਪਤਾ ਨਹੀਂ ਇਹਨਾਂ ਸਭ ਕਦੋਂ ਪੜ੍ਹਿਆ ਜਾਣਾ। ਤੁਹਾਡੇ 'ਚੋਂ ਕਈ ਪਰਿਵਾਰ ਨਾਲ ਮੂਵੀ ਵੇਖਣ ਵੀ ਥੀਏਟਰਾਂ ਜਾਂਦੇ ਹੋਣੇ ਆ, ਜੇ 6 ਵਜੇ ਮੂਵੀ ਆਰੰਭ ਹੋਣੀ ਤਾਂ ਕਿੰਨੇ ਵਜੇ ਥੀਏਟਰ 'ਚ ਪਹੁੰਚ ਜਾਈਦਾ ਜੀ ਭਲਾ, ਦੱਸਿਓ ਜੀ, ਭੈਣਾਂ ਨੂੰ ਪਤਾ ਹੋਣਾ ਕਿੰਨੇ ਵਜੇ। 7 ਵਜੇ ਵੀ ਜੇ 6 ਵਜੇ ਮੂਵੀ ਆਰੰਭ ਹੋਣੀ ਤਾਂ 7 ਵਜੇ ਪਹੁੰਚੀਦਾ ਜੀ, 5:30। ਅੱਛਾ, 5:30 ਪਹੁੰਚਦਾ, ਤਾਂ ਹੀ ਟਿਕਟ ਲੈ ਕੇ ਉੱਥੇ ਬਹੋਗੇ ਤੁਸੀਂ। ਮੂਵੀ ਮਗਰੋਂ ਆਰੰਭ ਹੁੰਦੀ ਹੈ ਅਤੇ ਵੇਖਣ ਵਾਲਾ ਪਹਿਲਾਂ ਬੈਠਾ ਹੁੰਦਾ, ਅਤੇ ਇੱਥੇ ਕੰਮ ਉਲਟ ਹੁੰਦਾ। ਗਾਣਾ ਕਲਾਕਾਰ ਗਾਉਣਾ ਬਾਅਦ ਵਿੱਚ ਸ਼ੁਰੂ ਕਰਦਾ ਅਤੇ ਸੁਣਨ ਵਾਲੇ ਪਹਿਲਾਂ ਬੈਠੇ ਹੁੰਦੇ ਆ। ਅਤੇ ਇੱਥੇ ਕਈ ਵਾਰੀ ਕੀਰਤਨ ਪਾਠ ਕਥਾ ਸੰਗਤਾਂ ਨੂੰ ਉਡੀਕਦਿਆਂ ਕਹੀਦਾ, ਭਾਈ ਸਾਹਿਬ ਜੀ ਇੱਕ ਸ਼ਬਦ ਹੋਰ ਪੜ੍ਹ ਦਿਓ ਸੰਗਤ ਜੇ, ਭਾਈ ਸਾਹਿਬ ਜੀ ਇੱਕ ਸ਼ਬਦ ਹੋਰ ਪੜ੍ਹ ਦਿਓ ਸੰਗਤ ਜੇ, ਭਾਈ ਸਾਹਿਬ ਜੀ ਇੱਕ ਸ਼ਬਦ ਹੋਰ ਪੜ੍ਹ ਦਿਓ ਸੰਗਤ ਜੇ। ਲਿਖਿਆ 7 ਹੁੰਦਾ ਅਤੇ ਸ਼ੁਰੂ ਕਈ ਵਾਰੀ 8:30 ਵਜੇ ਸ਼ੁਰੂ ਕਰੀਦਾ। ਅੱਛਾ, ਆਰੰਭ ਵਾਲਾ ਟਾਈਮ ਕਿਸੇ ਨੇ ਨਹੀਂ ਵੇਖਣਾ, ਪਤਾ ਕਿਹਣਾ, 9:30 'ਤੇ ਤੁਸੀਂ ਇਸ਼ਤਿਹਾਰ 'ਤੇ ਲਿਖਿਆ ਸੀ ਸਮਾਪਤੀ ਅਤੇ ਤੁਸੀਂ ਲੇਟ ਕੀਤੀ ਹੈ, ਇਹ ਨਹੀਂ ਵੇਖਣਾ ਵੀ ਆਪਣੇ ਆਉਣ ਦਾ ਟਾਈਮ। ਇਸ ਗੱਲੋਂ ਆਪਾਂ ਪਾਬੰਦ ਹੋ ਜਾਈਏ ਵੀ ਜਿੰਨਾ ਟਾਈਮ ਇਸ਼ਤਿਹਾਰ 'ਤੇ ਲਿਖਿਆ ਉਹ ਤੋਂ 5-10 ਮਿੰਟ ਪਹਿਲਾਂ ਪਹੁੰਚੋ, ਤਾਂ ਕਿ ਅਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਟਾਈਮ ਦੇ ਪਾਬੰਦ, ਵਕਤ ਦੇ ਪਾਬੰਦ ਹੋ ਕੇ ਕੁਝ ਸਿੱਖਣ ਦਾ ਯਤਨ ਕਰ ਸਕੀਏ। ਸਾਧ ਸੰਗਤ ਜੀ, ਸਾਰਿਆਂ ਦਾ ਧੰਨਵਾਦ, ਇੰਨੇ ਕੁ ਬਚਨ ਆਪ ਜੀ ਨੇ ਪ੍ਰਵਾਨ ਕਰਨੇ। ਹੁਣ ਬੇਨਤੀ ਕਰਾਂਗਾ ਭਾਈ ਸੁਖਵਿੰਦਰ ਸਿੰਘ ਹੁਣਾਂ ਨੂੰ ਉਹ ਸਟੇਜ 'ਤੇ ਆ ਜਾਣ। ਕਿਸੇ ਭੈਣ ਨੇ ਬਾਣੀ ਬਾਰੇ, ਕਿਸੇ ਵੀਰ ਨੇ ਕੋਈ ਇਤਿਹਾਸ ਬਾਰੇ ਕੋਈ ਗੱਲ ਪੁੱਛਣੀ ਹੈ, ਕੋਈ ਸਾਖੀ ਬਾਰੇ, ਕੋਈ ਗੁਰਬਾਣੀ ਦੀ ਤੁਕ ਬਾਰੇ, ਅਤੇ ਆਪ ਜੀ ਇੱਥੇ ਲਿਖ ਕੇ ਬੋਲ ਕੇ ਦੱਸ ਦਿਓ। ਉਹਨਾਂ ਕੁ ਸਮਾਂ ਉਹਨਾਂ ਨੇ ਸਵਾਲਾਂ 'ਤੇ ਸਾਡੇ ਨਾਲ ਚਰਚਾ ਕਰਨੀ ਹੈ। ਜੇ ਤੁਹਾਡੇ ਵੱਲੋਂ ਕੋਈ ਸਵਾਲ ਨਾ ਆਇਆ ਤਾਂ ਫਿਰ 10-15 ਮਿੰਟਾਂ ਵਿੱਚ ਹੀ ਆਨੰਦ ਸਾਹਿਬ ਦਾ ਪਾਠ ਆਪਾਂ ਸ਼ੁਰੂ ਕਰ ਦੇਣਾ। ਇਹ ਹੁਣ ਤੁਹਾਡੇ 'ਤੇ ਡਿਪੈਂਡ ਕਰਦਾ, ਪਰ ਇਹ ਨਾ ਹੋਵੇ ਕਿਤੇ ਵੀ ਸਵਾਲ ਡਰਦੇ ਦੇ ਉਹਨਾਂ ਵੀ ਜੇ ਸਵਾਲ ਦੇਤਾ ਤਾਂ 10 ਵਜੇ ਤੱਕ ਨਾ ਬਿਠਾ ਛੱਡਣ ਸਾਨੂੰ, ਇਹ ਵੀ ਗੱਲ ਹੁੰਦੀ ਹੈ ਵੀ ਨਹੀਂ ਨਹੀਂ ਤੁਸੀਂ ਸਵਾਲ ਜਿੰਨੇ ਹੈਗੇ 2-4 ਦੇ ਦਿਓ, ਅਸੀਂ ਆਪਣੇ ਹਿਸਾਬ ਨਾਲ ਸਮਾਪਤੀ ਕਰ ਦੇਵਾਂਗੇ। ਜਿੰਨਿਆਂ ਸਵਾਲਾਂ ਦੇ ਜਵਾਬ ਅਸੀਂ ਦੇ ਸਕਦੇ ਹੋਏ ਦੇਵਾਂਗੇ, ਨਹੀਂ ਤਾਂ ਬਾਕੀ ਅਸੀਂ ਆਉਣ ਵਾਲੇ ਦਿਨਾਂ ਵਿੱਚ ਇਹ ਸਿੱਖੀ ਲਹਿਰ ਦੇ ਸਮਾਗਮ ਲਾਈਵ ਚੱਲਦੇ ਨੇ। ਕੋਸ਼ਿਸ਼ ਕਰੋ ਕਿ ਸਿੱਖੀ ਲਹਿਰ ਦੀ ਜਿਹੜੀ ਐਪ ਹੈ ਉਹ ਆਪਣੇ ਮੋਬਾਈਲਾਂ 'ਤੇ ਡਾਊਨਲੋਡ ਕਰ ਲਓ। ਸੌਖਾ ਤਰੀਕਾ, ਤੁਸੀਂ ਘਰਾਂ 'ਚ ਬੈਠਿਆਂ ਵੀ ਸਰਵਣ ਕਰ ਸਕਦੇ ਹੋ, ਭੈਣਾਂ ਕੰਮ ਕਰਦਿਆਂ ਸੁਣ ਸਕਦੀਆਂ, ਜਿੱਥੇ ਵੀਰ ਜਿਨ੍ਹਾਂ ਨੂੰ ਇਹ ਚਾਹ ਨਾ ਉਹ ਸਫ਼ਰ ਕਰਦਿਆਂ, ਅੱਜ ਕੱਲ੍ਹ ਤਾਂ ਇੰਟਰਨੈਟ ਵਾਧੂ ਆ, ਡਾਟਾ ਖੁੱਲ੍ਹਾ ਮਿਲਦਾ ਸੁੱਖ ਨਾਲ, ਅਤੇ ਉਹ ਤੁਸੀਂ ਤੁਰਦਿਆਂ ਫਿਰਦਿਆਂ ਵੀ ਆਪਣੇ ਘਰਾਂ 'ਚ ਸਮਾਗਮ ਸੁਣ ਸਕਦੇ ਹੋ, ਇਹਦਾ ਲਾਭ ਤੁਸੀਂ ਪ੍ਰਾਪਤ ਕਰ ਸਕਦੇ ਹੋ। ਆਓ ਸਾਧ ਸੰਗਤ ਜੀ, ਸਾਰਿਆਂ ਦਾ ਧੰਨਵਾਦ, ਇੱਦਾਂ ਹੀ ਟਿਕਾ ਦੇ ਨਾਲ ਬੈਠੇ ਰਹਿਣਾ। ਇੱਥੋਂ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸਮੁੱਚੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਇੱਥੋਂ ਦੇ ਸਤਿਕਾਰਯੋਗ ਭਾਈ ਸਾਹਿਬ ਹੋਣਾ ਦਾ ਧੰਨਵਾਦ ਜੋ ਬੜੇ ਪਿਆਰ ਨਾਲ ਗੁਰੂ ਦੀ ਗੋਦ ਵਿੱਚ ਆਪਾਂ ਜੁੜ ਕੇ ਬੈਠੇ ਹਾਂ। ਸਾਧ ਸੰਗਤ, ਇੱਦਾਂ ਹੀ ਟਿਕਾ ਦੇ ਨਾਲ ਆਪਾਂ ਸਾਰਿਆਂ ਬੈਠੇ ਰਹਿਣਾ ਹੈ ਜੀ। ਕਿਸੇ ਨੇ ਜਾਣ ਦੀ ਕੋਸ਼ਿਸ਼ ਨਹੀਂ ਕਰਨੀ। ਲੰਗਰ ਸੰਗਤ ਵਾਸਤੇ ਹੈਗਾ ਜੀ? ਹਾਂ, ਇਹ ਖੁਸ਼ਖਬਰੀ ਹੈ ਸਾਧ ਸੰਗਤ ਜੀ ਸਾਰਿਆਂ ਵਾਸਤੇ ਕਿ ਸਾਰੀ ਸੰਗਤ ਵਾਸਤੇ ਪ੍ਰਬੰਧਕ ਕਮੇਟੀ ਨੇ ਗੁਰੂ ਕਾ ਲੰਗਰ ਵੀ ਤਿਆਰ ਕੀਤਾ, ਉਹ ਵੀ ਛੱਕ ਕੇ ਆਪਾਂ ਸਾਰਿਆਂ ਨੇ ਇਹ ਮਹਾਰਾਜ ਦੀ ਕਿਰਪਾ ਦੇ ਪਾਤਰ ਬਣਨਾ। ਲੰਗਰ ਜ਼ਰੂਰ ਛੱਕ ਕੇ ਜਾਣਾ, ਕਿਉਂਕਿ ਇਹ ਤੁਹਾਡੀ ਸਹੂਲਤ ਵਾਸਤੇ ਭੈਣੋ ਵੀ ਘਰ ਜਾ ਕੇ ਤੁਹਾਨੂੰ ਫੇਰ ਪ੍ਰਸ਼ਾਦਾ ਤਿਆਰ ਨਾ ਕਰਨਾ ਪਵੇ। ਤੋ ਇੱਥੇ ਫਾਇਦਾ ਕਿ ਤੁਸੀਂ ਲੰਗਰ ਵੀ ਤਿਆਰ ਆ, ਅਤੇ ਇੱਥੋਂ ਬੈਠਿਆਂ ਜਿਨ੍ਹਾਂ ਦੇ ਪਰਿਵਾਰ ਨਹੀਂ ਆਏ ਉੱਥੇ ਮੈਸੇਜ ਕਰ ਦਿਉ ਵੀ ਲੰਗਰ ਵੀ ਹੈਗਾ, ਤਾਂ ਕਿ ਸਮਾਪਤੀ ਵੇਲੇ ਤੱਕ ਉਹ ਵੀ ਪਹੁੰਚ ਜਾਣ। ਤੋ ਆਓ ਸਾਧ ਸੰਗਤ ਸਾਰਿਆਂ ਦਾ ਧੰਨਵਾਦ, ਇੰਨੇ ਕੁ ਬਚਨ ਪ੍ਰਵਾਨ ਕਰਨੇ, ਅਦੋ ਸਤਿਕਾਰ ਨਾਲ, ਕਿਉਂਕਿ ਇਹ ਸਾਡਾ ਤਜਰਬਾ ਹੈ। ਅਸੀਂ ਸਮਾਗਮਾਂ ਜਾਂਦੇ, ਕਈ ਭੈਣਾਂ ਕਹਿਣਗੀਆਂ ਵੀ ਘਰ ਵਾਲੇ ਨੇ ਦੁਕਾਨ ਤੋਂ ਮੈਸੇਜ ਕੀਤਾ ਵੀ ਜੇ ਕੜੀ ਪਕੌੜੇ ਬਣੇ ਤਾਂ ਆ ਜਾ, ਨਹੀਂ ਤਾਂ ਘਰ ਆਣ ਕੇ ਤੂੰ ਮੈਨੂੰ ਪ੍ਰਸ਼ਾਦਾ ਲਾ ਦੀ। ਤੋ ਮੈਨੂੰ ਨਹੀਂ ਪਤਾ ਹੁਣ ਕੀ ਬਣਾਇਆ ਭਾਈ ਸਾਹਿਬ ਹੋਣਾ, ਵੀ ਜੋ ਬਣਿਆ ਤੋ ਛਕਣਾ ਆਪਾਂ ਸਾਰਿਆਂ ਨੇ। ਤੋ ਕੋਸ਼ਿਸ਼ ਕਰੋ ਵੀ ਆਪਾਂ ਲੰਗਰਾਂ ਤੋਂ ਉੱਪਰ ਉੱਠ ਕੇ, ਇਹ ਤਾਂ ਬੜੀ ਵੱਡੀ ਸਹੂਲਤ ਹੈ, ਇਸ ਵਾਸਤੇ ਹੈ ਲੰਗਰ ਕਿ ਆਪਾਂ ਜਿਹੜੀਆਂ ਭੈਣਾਂ ਵੀਰ ਆਏ ਨੇ ਉਹਨਾਂ ਦਾ ਧਿਆਨ ਸਾਡਾ ਘਰ ਵੱਲ ਨਾ ਹੋਵੇ, ਅਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਸੁਣ ਸਕੀਏ। ਸਾਰਿਆਂ ਦਾ ਧੰਨਵਾਦ, ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।